2003 ਤੋਂ ਬਾਅਦ ਅਸੀਂ 14 ਸਾਲ ਬੋਲੇ ਹੀ ਨਹੀਂ ਅੱਛਾ 14 ਸਾਲ ਬੋਲੇ ਹੀ ਨਹੀਂ ਤੇ ਨਾ ਨਾ ਇਸ ਲਈ ਕੋ ਕੰਮ ਨਹੀਂ ਕੀਤਾ ਸੀ ਝਗੜਾ ਕਿਉਂ ਹੋਇਆ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਹਵਾਏ ਤੋਂ ਬਾਅਦ ਰੌਲਾ ਪਿਆ ਸੀ ਮਲੇ ਕਿਦਾਂ ਜੋ ਬੱਬੂ ਮਾਨ ਸੋਸ਼ਲ ਮੀਡੀਆ ਉੱਤੇ ਚੱਲਦਾ ਹੁੰਦਾ ਕਿ ਸੁਭਾਅ ਦੇ ਥੋੜੇ ਜਿਹਾ ਸਖਤ ਨੇ ਅੜ ਤਾਂ ਨਹੀਂ ਜਾਂਦੇ ਹੁੰਦੇ ਕਿ ਭਾਈ ਐਂ ਹੀ ਕਰੂ ਬੱਬੂ ਮਾਨ ਕੀ ਇਹ ਫਿਲਮ ਹਵਾਏ ਤੇ ਹਾਨੀ ਦੇ ਹਾਨ ਦੀ ਹੋਏਗੀ ਸੁਚਾ ਸੀਤਾ ਉਹ ਇਹੋ ਜਿਹਾ ਸੀ ਬੱਬੂ ਆਲਵੇਖ ਕੇ ਕਹਿਣਗੇ ਉਹ ਕਰ ਸੀਤਾ ਜਗਜੀਤ ਆਲਵੇਖ ਕੇ ਕਹਿਣਗੇ ਇੱਡੇ ਵੱਡੇ ਕਰੈਕਟਰ ਨੂੰ ਨਿਭਾਉਣ ਦੇ ਵਿੱਚ ਉਹ ਜਣੀ ਥੋੜੇ ਕਾਗਜ਼ਾਂ ਦੇ ਵਿੱਚ ਪਾਸ ਹੋ ਸਕੇ ਆ ਕਿ ਨਹੀਂ ਪੂਰੀ ਫਿਲਮ ਚ ਵੇਖਿਓ ਜੇ ਬੱਬੂ ਬੱਬੂ ਨਹੀਂ ਸੁਚਾ ਸੂਰਮਾ ਲੱਗੂ ਉਹ ਤੁਹਾਨੂੰ ਅਗਰ ਪਰਫੈਕਟ ਐਕਟਰ ਨਾ ਲੱਗਿਆ ਤਾਂ ਮੈਨੂੰ ਕਹਿ ਦਿਓ ਤੁਸੀਂ ਟ੍ਰੇਲਰ ਦਿਖਾਇਆ ਮੈਂ ਸਿਰਫ ਇਹ ਪੁੱਛਣਾ ਚਾਹੁੰਨਾ ਹੈ ਕਿ ਬਾਕੀ ਸਾਰੀ ਫਿਲਮ ਟ੍ਰੇਲਰ ਦੇ ਹਾਨ ਦੀ ਹੋਏਗੀ ਜਦੋਂ ਤੁਸੀਂ ਫਿਲਮ ਵੇਖੋਗੇ ਤੁਸੀਂ ਕਹੋਗੇ ਯਾਰ ਟ੍ਰੇਲਰ ਤਾਂ ਤੂੰ ਵਖਾਇਆ ਹੀ ਨਹੀਂ ਸੀ ਸਾਰਾ ਕੁਝ ਸਬਜੀਤ ਚੀਮੇ ਉਹਨਾਂ ਨੇ ਕਹਿੰਦੇ ਮੰਜੇ ਦੀ ਬਾਹੀ ਤੋੜ ਦਿੱਤੀ ਸੀ ਕੱਲ ਉਹ ਭਲਵਾਨੀ ਨਾਲ ਨਹੀਂ ਤੋੜੀ ਸੀਗੀ ਉਹਨਾਂ ਨੂੰ ਉਹਨਾਂ ਦੀਆਂ ਸਾਲੀਆਂ ਨੇ ਥੱਲੇ ਸੜਤਾ ਉਹ ਵਿਚਾਰਿਆਂ ਦੀ ਸੱਚੀ ਸੱਟ ਵੱਜ ਗਈ ਸੀ ਚੀਮੇ ਹੋਰਾਂ ਦੇ ਜੀ ਮੈਂ ਕਿਹਾ ਚੀਮਾ ਸਾਹਿਬ ਹੁਣ ਜਿਹੜੀ ਉਮਰ 'ਚ ਵਿਆਹ ਨਹੀਂ ਕਰਾਉਣਾ ਚਾਹੀਦਾ ਕਰਾ ਰਹੇ ਹੋ ਤਾਂ ਆਹੀ ਹੋਊਗਾ फिल्म पांच साल पहल बनी सी अज भी टैक्निकली मतलब तुम कह लो कितने एडवांस लग रही है साड़ा बहुत वा रोसा ਕਿ ਸਾਡੇ ਪੰਜਾਬੀਆਂ ਦਾ ਅਕਸ ਵਿਗਾੜ ਕੇ ਪੇਸ਼ ਕੀਤਾ ਜਾਂਦਾ ਹੈ। ਸਾਡੀ ਇਹ ਬਹੁਤ ਵੱਡੀ ਚਿੰਤਾ ਹੁੰਦੀ ਹੈ ਕਿ ਸਾਡੇ ਬੱਚਿਆਂ ਦੇ ਆਦਰਸ਼ ਮਾਡਲ ਕਿਸੇ ਹੋਰ ਭਾਈਚਾਰੇ ਚੋਂ ਨੇ। ਕਦੇ-ਕਦੇ ਇਹ ਸਵਾਲ ਸਾਡੇ ਮਨ ਦੇ ਵਿੱਚ ਪੈਦਾ ਹੁੰਦਾ ਕਿ ਕੀ ਸਾਡੇ ਕੋਲੇ ਵਿਰਾਸਤ ਦੇ ਵਿੱਚ ਉਹਦਾਂ ਦੇ ਕਿਰਦਾਰ ਨਹੀਂ ਕਿ ਜਿਹੜੇ ਸਾਡੇ ਬੱਚਿਆਂ ਦੇ ਸਾਹਮਣੇ ਇੱਕ ਵੱਡੇ ਕਰਕੇ ਅਸੀਂ ਪੇਸ਼ ਕਰ ਸਕਦੇ ਹਾਂ ਜਾਂ ਉਹਨਾਂ ਨੂੰ ਅਸਲ ਰੂਪ ਦੇ ਵਿੱਚ ਪੇਸ਼ ਕਰ ਸਕਦੇ ਹਾਂ। ਇਹ ਵੀ ਕਿਤੇ-ਕਿਤੇ ਮਨ ਦੇ ਵਿੱਚ ਆਉਂਦਾ ਹੈ। ਕਿ ਜੇ ਸਾਡੇ ਆਸੇ ਪਾਸੇ ਨੂੰ ਸਾਡੀ ਵਿਰਾਸਤ ਨੂੰ ਸਾਡੀ ਦੇਖ ਨੂੰ ਵਿਗਾੜ ਕੇ ਪੇਸ਼ ਕਰਨ ਵਾਲੇ ਹੈਗੇ ਤਾਂ ਅਸੀਂ ਘਟੂ ਘਟ ਆਪਣੀ ਖਾਸੀਅਤ ਜਿਹੜੀ ਹੈ ਉਹਨੂੰ ਉਭਾਰ ਕੇ ਤਾਂ ਪੇਸ਼ ਕਰੀਏ ਇੱਕ ਬਰਾਬਰ ਦੀ ਧਿਰ ਬਣ ਕੇ ਤਾਂ ਵਿਚਰੀਏ ਅੱਜ ਕੁਝ ਇੱਕ ਗੱਲਾਂ ਬਾਤਾਂ ਸਾਡੇ ਇਤਿਹਾਸ ਦੇ ਨਾਲ ਸੰਬੰਧਿਤ ਫਿਲਮਾਂ ਦੇ ਨਾਲ ਸੰਬੰਧਿਤ ਫਿਲਮਾਂਕਣ ਦੇ ਨਾਲ ਸੰਬੰਧਿਤ ਪੰਜਾਬੀ ਫਿਲਮਾਂ ਦੇ ਮਿਆਰ ਦੇ ਨਾਲ ਸੰਬੰਧਿਤ ਬਹੁਤ ਕੁਝ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਹੋਏਗਾ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਪਰਮਿਸਿੰਗ ਬਾਤ ਤੁਹਾਡਾ ਸਾਰਿਆਂ ਦਾ ਸਵਾਗਤ ਕਰ ਰਿਹਾ ਤੇ ਅਮਿਤੋਜ ਮਾਨ ਮੋਰੀ ਨਾਲ ਨੇ ਡਾਇਰੈਕਟਰ ਨੇ ਐਕਟਰ ਨੇ ਤੇ ਸਭ ਤੋਂ ਵੱਡੀ ਗੱਲ ਕਿ ਪੰਜਾਬ ਦੇ ਮਸਲਿਆਂ ਦੇ ਪ੍ਰਤੀ ਸੁਹਿਰਦ ਇਨਸਾਨ ਨੇ ਅਮਿਤੋਜ ਪਾਜੀ ਸასი ਕਾਲ ਸਵਾਗਤ ਸასი ਗੁਰ ਬਾਤ ਸਾਹਿਬ ਸਤਿ ਸ਼੍ਰੀ ਅਕਾਲ ਅਮਤੋਜ ਭਾਜੀ ਜਦੋਂ ਤੁਹਾਡੇ ਨਾਲ ਗੱਲ ਕਰਦੇ ਆ ਤੇ ਐਂ ਜੀ ਕਰਦਾ ਹੁੰਦਾ ਕਿ ਗੱਲ ਇਸ ਤਰੀਕੇ ਕਰੀਏ ਕਿ ਕਣਕਗਾਹ ਹੋ ਰਹੀ ਐ ਮਸ਼ੀਨ ਲੱਗੀ ਆ ਤੇ ਆਪਾਂ ਬੱਟ ਤੇ ਬੈਠ ਕੇ ਗੱਲਾਂ ਕਰੀਏ ਸਟੂਡੀਓ ਵਾਲੀ ਫੀਲਿੰਗ ਨਹੀਂ ਆਉਣੀ ਚਾਹੀਦੀ ਕਿਉਂਕਿ ਜੋ ਫੀਲਿੰਗ ਆ ਗਈ ਫਿਰ ਆਪਣਾ ਆਪ ਮਰ ਜਾਂਦਾ ਸਾਡਾ ਦੋਨਾਂ ਦਾ ਹੀ ਤੇ ਅੱਜ ਮੈਂ ਇਦਾਂ ਦੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਨੇ ਮੈਨੂੰ ਵੀ ਐਂ ਲੱਗਦਾ ਹੁੰਦਾ ਜਦੋਂ ਤੁਹਾਡੇ ਨਾਲ ਗੱਲਾਂ ਕਰਦਾ ਨਾ ਮੈਨੂੰ ਲੱਗਦਾ ਕਿ ਮੈਂ ਵਾਕਈ ਉੱਚ ਉਹ ਗੱਲਾਂ ਕਰ ਰਿਹਾ ਹਾਂ ਜੀੜੀਆਂ ਸ਼ਾਇਦ ਬਾਕੀਆਂ ਨੂੰ ਸੁਣਨੀਆਂ ਚਾਹੀਦੀਆਂ ਜਦੋਂ ਵੀ ਤੁਹਾਡੇ ਨਾਲ ਗੱਲਾਂ ਕਰਦਾ ਹਾਂ ਜੀ ਹਮਤੋਜ ਬਾਜੀ ਸੁੱਚਾ ਸੂਰਮਾ ਫਿਲਮ ਆ ਰਹੀ ਹੈ ਹੁਣ ਤਾਂ ਕੁਝ ਘੰਟਿਆਂ ਦਾ ਸਮਾਂ ਬਾਕੀ ਹੈ ਜਦੋਂ ਉਹਨੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਜਾਣਾ ਟ੍ਰੇਲਰ ਚੰਗਾ ਰਿਸਪੌਂਸ ਚੰਗਾ ਹੈ ਮੈਂ ਕੱਲ ਦੋ ਸ਼ਹਿਰਾਂ ਦੇ ਵਿੱਚ ਕੈਨੇਡਾ ਦੇ ਵਿੱਚ ਗਿਆ ਸੀ ਤਾਂ ਲੋਕ ਚਰਚਾ ਕਰਦੇ ਨੇ ਬੱਬੂ ਮਾਨਹਰੀ ਫਿਲਮ ਦੇ ਵਿੱਚ ਨੇ ਤੁਸੀਂ ਆਪਣੇ ਵੱਲੋਂ ਕਸਰ ਕੋਈ ਨਹੀਂ ਛੱਡੀ ਹੋਣੀ ਬਹੁਤ ਸਾਰੇ ਹੋਰ ਚੰਗੇ ਕਲਾਕਾਰ ਫਿਲਮ ਦੇ ਵਿੱਚ ਨੇ ਮੈਂ ਤਿੰਨ ਇੱਕ ਗੱਲਾਂ ਪਹਿਲਾਂ ਫਿਲਮ ਦੀਆਂ ਕਰਨੀਆਂ ਫਿਰ ਤੁਹਾਡੇ ਨਾਲ ਜਿਹੜੀਆਂ ਮੇਰੇ ਅਸਲ ਚ ਦਿਲ ਚ ਗੱਲਾਂ ਨੇ ਉਹ ਕਰਨੀਆਂ ਦੁਬਾਰਾ ਫਿਲਮ ਤੇ ਫੇਰਾਵਾਂਗੇ ਸਭ ਤੋਂ ਪਹਿਲਾ ਸਵਾਲ ਕੀ ਇਹ ਫਿਲਮ ਹਵਾਏ ਤੇ ਹਾਨੀ ਦੇ ਹਾਨ ਦੀ ਹੋਏਗੀ ਡੈਫੀਨਿਟਲੀ ਦੇਖੋ ਹਵਾਏ ਦਾ ਵਿਸ਼ਾ ਵਸਤੂ ਅਲੱਗ ਸੀਗਾ ਹਵਾਏ ਰੀਅਲਿਸਟਿਕ ਫਿਲਮ ਸੀ ਟੋਟਲੀ ਰੀਅਲਿਸਟਿਕ ਜੀ ਉਹ ਇਸ ਲਈ ਸੀ ਕਿ ਉਹ ਸਾਡੀ ਇੱਕ ਤਰਾਸਦੀ ਨਾਲ ਜੁੜੀ ਹੋਈ ਫਿਲਮ ਸੀਗੇ ਔਰ ਉਹਦੇ ਚ ਬਹੁਤ ਸਾਰੇ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਸਾਡੇ ਜੋ ਸਾਡੇ ਨਾਲ ਘਟਤ ਹੋਇਆ ਗਲਤ ਜੋ ਸਾਡੇ ਨਾਲ ਜੋ ਜ਼ੁਰਮ ਹੋਇਆ ਸਾਡੇ ਤੇ ਜਾਂ ਚੈਲੋ ਜੋ ਜੈਨੋਸਾਈਡ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਦੇ ਤੇ ਸੀ ਹਾਣੀ ਦੇ ਨਾਲ ਮੈਂ ਕਹਿ ਸਕਦਾ ਇਹਨੂੰ ਫਿਲਮ ਨੂੰ ਤੁਸੀਂ ਕੰਪੇਅਰ ਕਰ ਸਕਦੇ ਹੋ ਔਰ ਹਾਣੀ ਦੇ ਬਰਾਬਰ ਦੀ ਫਿਲਮ ਹੋਊਗੀ। ਉਹ ਤੋਂ ਦੋ ਕਦਮ ਪਿੱਛੇ ਨਹੀਂ ਅੱਗੇ ਹੋਊਗੀ। ਇਹ ਮੈਂ ਤੁਹਾਨੂੰ ਕਹਿ ਸਕਦਾ ਹਾਂ, ਦਾਅਵੇ ਨਾਲ ਕਹਿ ਸਕਦਾ ਹਾਂ ਔਰ ਮੈਂ ਇਹ ਵੀ ਕਹਿ ਸਕਦਾ ਹਾਂ ਕਿ ਇਸ ਫਿਲਮ ਨੂੰ ਵੇਖਣ ਤੋਂ ਬਾਅਦ WhatsApp ਲੋਕ ਸੁੱਚੇ ਨੂੰ, ਕੁੱਕਰ ਨੂੰ, ਬਲਵੀਰੋ ਨੂੰ ਇਸ ਫਿਲਮ ਦੇ ਕੈਰੇਕਟਰਾਂ ਨਾਲ ਆਈਡੈਂਟੀਫਾਈ ਕਰਿਆ ਕਰਨਗੇ। ਕੀ ਬਾਕੀ? ਕਿ ਸੁੱਚਾ ਸੀ ਤਾਂ ਉਹ ਇਹੋ ਜਿਹਾ ਸੀ, ਬੱਬੂ ਵਾਲ ਵੇਖ ਕੇ ਕਹਿਣਗੇ ਉਹ ਕਰ ਸੀਤਾ ਜਗਜੀਤ ਅਲਵੇਖ ਕੇ ਕਹਿਣਗੇ ਤੇ ਬਲਵੀਰੋ ਸੀਤਾ ਸਮਿਖਸ਼ਾਲਕ ਵੇਖ ਕੇ ਕਹਿਣਗੇ ਈਵਨ ਨਰੈਣਾ ਸੀਤਾ ਸਰਬਜੀਤ ਚੀਮੇ ਅਲਵੇਖ ਕੇ ਕਹਿਣਗੇ ਇਹ ਕਰੈਕਟਰ ਸਾਰੇ ਬਾਕੀ ਵੀ ਜਿੰਨੇ ਕਰੈਕਟਰ ਨੇ ਚਾਹੇ ਭਾਗ ਹੋਵੇ ਹੋਰ ਹੋਵੇ ਉਹ ਬਾਕਮਾਲ ਲੱਗੇ ਨੇ ਔਰ ਜੋ ਉਹਨਾਂ ਦੀ ਇੱਕ ਉਹਨਾਂ ਬਾਰੇ ਬਿਲਡ ਅਪ ਹੈ ਜਾਂ ਕਹਿ ਲਓ ਉਹਨਾਂ ਦੀ ਪਰਸੈਪਸ਼ਨ ਹੈ ਲੋਕਾਂ ਦੇ ਜ਼ਿਹਨ ਚ ਉਹ ਜਮਾਂ ਹੀ ਹੋ ਬਹੁ ਉਹਦੇ ਤੇ ਪੂਰੇ ਉਤਰ ਰਹੇ ਜੀ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਵੈਸੇ ਵੀ ਦੋ ਦਿਨਾਂ ਤਾਈਂ ਆ ਜਾਨੀ ਤੁਹਾਨੂੰ ਪਤਾ ਵੀ ਲੱਗ ਜਾਣਾ ਅਮਿਤੋਜ ਭਾਜੀ ਮੈਂ ਇੱਕ ਸ਼ਬਦ ਦੇ ਵਿੱਚ ਜਾਂ ਇੱਕ ਲਾਈਨ ਦੇ ਵਿੱਚ ਇੱਕ ਉੱਤਰ ਤੁਹਾਡੇ ਤੋਂ ਚਾਹਣਾ ਹੈ ਕਿ ਸਮਾਂ ਕਿਹੜਾ ਹੈ ਜਿਹੜਾ ਫਿਲਮਾਇਆ ਗਿਆ ਜਣੀ ਸਨ 1910 1915 1915 ਬਸ ਮੈਂ ਇੱਥੇ ਆਉਣ ਲੱਗਿਆ ਮੈਨੂੰ ਜੇ ਕੋਈ ਬੰਦਾ ਆਖੇ ਕਿਉਂਕਿ ਮੈਂ ਲਿਖਦਾ ਰਿਹਾ ਦੋ ਚਾਰ ਕਿਤਾਬਾਂ ਵੀ ਲਿਖੀਆਂ ਅਖਬਾਰਾਂ 'ਚ ਲਿਖਦਾ ਰਿਹਾ ਜੇ ਕੋਈ ਮੈਨੂੰ ਬੰਦਾ ਆਖੇ ਨਾ ਕਿਸਨ 1950 ਦੇ ਬਾਰੇ ਲਿਖਣਾ ਹੈ 40 ਦੇ ਬਾਰੇ ਲਿਖਣਾ ਲਿਖਣਾ ਸੌਖਾ ਬਹੁਤ ਹੈ ਫਿਲਮਾਉਣ ਦੇ ਮੁਕਾਬਲੇ ਜੀ ਕਿਉਂਕਿ ਜਿਹੜਾ 1915 ਦਾ ਸਮਾਂ ਤੁਸੀਂ ਲਿਆ ਉਦੋਂ ਕੋਈ ਵਰਲਡ ਵਾਰ ਨਹੀਂ ਸੀ ਹੋਈ ਜੇ ਵਿਸ਼ਵ ਯੁੱਧ ਨਹੀਂ ਸੀ ਹੋਇਆ ਤਿਆਰੀ ਟਿਉਰੀ ਚੱਲਦੀ ਸੀ ਪਗੜੀ ਸੰਭਾਲ ਜੱਟਾ ਲਹਿਰ ਉਦੋਂ ਚਰਚਾ ਦੇ ਵਿੱਚ ਸਿਖਰ ਤੇ ਸੀ ਕਿਉਂਕਿ ਉਹ ਕਮ ਕ੍ਰਾਂਤੀਕਾਰੀ ਕਰ ਚੁੱਕੇ ਸੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦਾ ਸਮਾਂ ਜਿਹੜਾ ਉਹ ਨੇੜ ਸੀ ਉਦੋਂ ਕਿੱਦਾਂ ਦੇ ਕੱਪੜੇ ਪਾਉਂਦੇ ਸੀ ਲੋਕ ਕਿੱਦਾਂ ਦਾ ਸਾਡਾ ਹੱਬ ਭਾਵ ਹੁੰਦਾ ਸੀ ਪਿੰਡ ਕਿੱਦਾਂ ਦੇ ਸੀ ਲੋਕਾਂ ਦੀ ਮਾਨਸਿਕਤਾ ਕਿੱਦਾਂ ਦੀ ਸੀ ਅਸੀਂ ਅੰਗਰੇਜ਼ਾਂ ਦੇ ਅਧੀਨ ਸੀ ਉਦੋਂ ਥਾਣੇ ਕਿੱਦਾਂ ਦੇ ਸੀ ਇਹ ਸਾਰਾ ਕੁਝ ਫਿਲਮਾਉਣ ਤੋਂ ਪਹਿਲਾਂ ਡਰ ਨਹੀਂ ਲੱਗਿਆ ਇੱਕ ਚੁਣੌਤੀ ਨਹੀਂ ਲੱਗੀ ਕਿ ਭਾਈ ਇਨਸਾਫ ਕਰਨਾ ਕਿੰਨਾ ਮੁਸ਼ਕਲ ਹੋਏਗਾ ਮੇਰੇ ਲਈ ਮੇਰੇ ਦਿਲ ਦਾ ਸਵਾਲ ਹੈ ਬਹੁਤ ਇੰਪੋਰਟੈਂਟ ਤੁਹਾਡੀ ਬਹੁਤ ਸਹੀ ਗੱਲ ਆ ਤੁਹਾਡੀ ਇੱਕ ਮੈਂ ਤੁਹਾਨੂੰ ਫਿਲਮੀ ਗੱਲ ਦੱਸਦਾ ਫਿਲਮੀ ਨਹੀਂ ਬਲਕਿ ਰੀਅਲਿਸਟਿਕ ਗੱਲ ਦੱਸਦਾ ਜਦੋਂ ਅਸੀਂ 100 ਸਾਲ ਤੋਂ ਉੱਤੇ ਚਲੇ ਜਾਂਦੇ ਆ ਨਾ WhatsApp ਉੱਚ ਦੋ ਚੀਜ਼ਾਂ ਹੁੰਦੀਆਂ ਨੇ ਆ ਡਰ ਵਾਲੀ ਚੀਜ਼ ਤਾਂ ਹੈਗੀ ਆ ਨਾਲ ਨਾਲ ਹਮ ਨਾਲ ਇੱਕ ਸੁਖਾਈ ਹੋ ਜਾਂਦੀ ਹੈ 100 ਸਾਲ ਪਹਿਲਾਂ ਦੀ ਗੱਲ ਕਿਹਨੇ ਵੇਖੀ ਹੈ ਹੁਣ ਮੈਨੂੰ ਦੱਸੋ ਕੋਈ ਬੰਦਾ ਜਿਉਂਦਾ ਹੈ ਜਿਨੇ ਸੁੱਚਾ ਸੂਰਮਾ ਨੂੰ ਤੁਰਦਿਆਂ ਵੇਖਿਆ ਹੋਵੇ ਜੀ ਜਾਂ ਸੁੱਚੇ ਤੇ ਕੁਕਰ ਨੂੰ ਲੜਦਿਆਂ ਵੇਖਿਆ ਹੋਵੇ ਡੌਂਟ ਪੈਂਟ ਵਾਲੇ ਤਾਂ ਤੁਹਾਨੂੰ ਬਹੁਤ ਮਿਲ ਜਾਣਗੇ ਪੰਜਾਬ ਵਾਲੇ ਵੀ ਮਿਲ ਜਾਣਗੇ ਇਵਨ 40 ਵਾਲੇ ਵੀ ਮਿਲ ਜਾਣਗੇ 15 ਵਾਲਾ ਨਹੀਂ ਮਿਲਣਾ ਕੋਈ ਬਿਲਕੁਲ ਠੀਕ ਹੈ ਮੈਂ ਇਹ ਕਿਉਂ ਕਹਿ ਰਿਹਾ ਕਿ ਕੀ ਅਕਬਰ ਜਾਂ ਜੋ ਵਿਲੀਅਮ ਕਿਸੇ ਵੀ ਫਿਲਮ ਦਾ ਜ਼ਿਕਰ ਕਰ ਲੋ ਕੀ ਲੋਕਾਂ ਨੇ ਹੁਣ ਅਕਬਰ ਕੱਦ ਦਾ ਛੋਟਾ ਸੀ ਤੇ ਪ੍ਰithvi ਰਾਜ ਕਪੂਰ 6 ਫੁੱਟ 2 ਇੰਚ ਸੀ ਬਣਾਇਆ ਨਾ ਜੀ ਮਰਾ ਅੱਜ ਤੱਕ ਲੋਕ ਕਹਿੰਦੇ ਨੇ ਕਿ ਜੇ ਅਕਬਰ ਸੱਚੀ ਮੁੱਚੀ ਵੀ ਆ ਜੇ لوگ ਕਹਿਣਗੇ ਨਹੀਂ ਨਹੀਂ ਇਹ ਗਲਤ ਆ ਉਹ ਪ੍ਰithvi ਰਾਜ ਕਪੂਰ ਸਹੀ ਹੈ ਬਿਲਕੁਲ ਠੀਕ ਇਹਦੇ ਚ ਦੋ ਗੱਲਾਂ ਨੇ ਸਰ ਪਰਸੈਪਸ਼ਨ ਨੂੰ ਕੀ ਅਸੀਂ ਨਿਭਰੇ ਆ ਪਰਸੈਪਸ਼ਨ ਤੇ ਹੂੰ ਹੂੰ ਇਹ ਜ਼ਰੂਰੀ ਹੈ ਉਸ ਬੰਦੇ ਬਾਰੇ ਲੋਕਾਂ ਦੀ ਆਮ ਮਾਨਸ ਦੀ ਦਿਮਾਗ ਦੇ ਵਿੱਚ ਕੀ ਹੋ ਜੀ ਪਰਸੈਪਸ਼ਨ ਹੈ نو ਡਾਊਟ ਉਹਦੀ ਅਸਲੀਅਤ ਵੀ ਜੁੜੀ ਹੁੰਦੀ ਹੈ ਕਿ ਸੱਚਮੁੱਚ ਕੀ ਹੋਇਆ ਪਰ ਮੈਨੂੰ ਇਹਨਾਂ ਦੋਵਾਂ ਗੱਲਾਂ ਦਾ ਖਿਆਲ ਰੱਖਣਾ ਪੈਣਾ ਸੀ ਜੀ ਯਮੇ ਤੁਸੀਂ ਵੇਖੀ ਹੋਣੀ ਹੈ ਪਿੱਛੇ ਜੇ 10 ਕ 11 ਸਾਲ ਪਹਿਲਾਂ ਇੱਕ ਫਿਲਮ ਆਈ ਸੀ ਅਲੈਗਜ਼ੈਂਡਰ ਦੀ ਗ੍ਰੇਟ 올ਿਵਰ ਸਟੋਨ ਨੇ ਬਣਾਈ ਸੀ ਬੜੀ ਦੁਨੀਆ ਦੀ ਸਭ ਤੋਂ ਮਹਿੰਗੀ ਫਿਲਮ ਸੀ ਉਸ ਟਾਈਮ ਉਹ ਚੱਲੀ ਨਹੀਂ ਸੀ ਫਲॉप ਹੋ ਗਈ ਸੀ ਉਹਦਾ ਰੀਜ਼ਨ ਪਤਾ ਕੀ ਸੀ ਉਹਨਾਂ ਨੇ ਅਲੈਗਜ਼ੈਂਡਰ ਨੂੰ ਗੇ ਬਣਾਤਾ ਸੀ ਗੇ ਬਣਾ ਕੇ ਜਦ ਕੇ ਜੋ ਅਲੈਗਜ਼ੈਂਡਰ ਬਾਰੇ ਲਿਖਦੇ ਨੇ ਲੋਕ 50% ਲੋਕ ਨੇ ਜਿਹੜੇ ਉਹਨੂੰ ਗੇ ਮੰਨਦੇ ਨੇ ਜੀ ਪਰ ਪਰਸੈਪਸ਼ਨ ਕੀ ਹੈ ਅਲੈਗਜ਼ੈਂਡਰ ਦੀ ਗ੍ਰੇਟ ਸਿਕੰਦਰ ਮਹਾਨ ਤੁਸੀਂ ਪਰਸੈਪਸ਼ਨ ਦੇ ਉਲਟ ਚਲੇ ਗਏ ਨਾ ਇੱਕ ਪਾਸੇ ਗ੍ਰੇਟ ਕਹਿ ਰਹੇ ਹੋ ਇੱਕ ਪਾਸੇ ਗੇ ਬਣਾ ਰਹੇ ਹੋ ਇਹ ਜਿਹੜੀ ਚੀਜ਼ ਹੁੰਦੀ ਹੈ ਜਿਵੇਂ ਮੈਂ ਤੁਹਾਨੂੰ ਕਹਾਂ ਬਹੁਤ ਸਾਰੀਆਂ ਗੱਲਾਂ ਸੀਗੀਆਂ ਜਿਹੜੀਆਂ ਸਿਰਫ ਪਰਸੈਪਸ਼ਨ ਨੇ ਜਾਂ ਧਾਰਨਾਵਾਂ ਨੇ ਉਹ ਸੱਚਮੁੱਚ ਜੁੜੀਆਂ ਨਹੀਂ ਹੁੰਦੀਆਂ ਗਿਆ ਹਮਮ ਇਵਨ ਸੁੱਚਾ ਸੂਰਮਾਨ ਦੀਆਂ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਸੁੱਚੇ ਨੇ ਕੁੱਕਰ ਨੂੰ ਜਾਂ ਜਿਵੇਂ ਲੋਕ ਕਹਿ ਦਿੰਦੇ ਨੇ ਚਲੋ ਉਹ ਤਾਂ ਛੋਟੀ ਗੱਲ ਹੈ ਰਿਸਰਚ ਦੀ ਹੈ ਕਿ ਇਹਨੂੰ ਉਹਦੇ ਚੱਕਰ 'ਚ ਤਾਂ ਫਾਂਸੀ ਨਹੀਂ ਹੋਈ ਸੀਗੀ ਫਾਂਸੀ ਤਾਂ ਕਿਸੇ ਹੋਰ ਕਤਲਾਂ ਲਈ ਹੋਈ ਸੀ ਉਹ ਤਾਂ ਫਿਲਮ 'ਚ ਰਿਸਰਚ ਕਰ ਲੂਗੇ ਤੁਸੀਂ ਲੇਕਿਨ ਸਭ ਤੋਂ ਅਹਿਮ ਗੱਲ ਹੈ ਕਿ ਖਾੜੇ ਦੇ ਵਿੱਚ ਮਾਰਿਆ ਹੀ ਨਹੀਂ ਸੀ ਇਹਨੇ ਉਹਨੂੰ ਹੁਣ ਬਟ ਪਰਸੈਪਸ਼ਨ ਇਹ ਹੈ ਕਿ ਖਾੜਾ ਹੋਣਾ ਵੀ ਚਾਹੀਦਾ ਹੈ ਜੀ ਹੁਣ ਇਹਨਾਂ ਦੋਆਂ ਗੱਲਾਂ ਨੂੰ ਮੈਨੇਜ ਕਿਵੇਂ ਕਰੂੰਗੇ ਰੀਅਲਿਸਟਿਕ ਵੀ ਰਹਿਣਾ ਹੈ ਪਰਸੈਪਸ਼ਨ ਦੇ ਨਾਲ ਵੀ ਨਿਭਣਾ ਹੈ ਹੂੰ ਹੁਣ ਹੁਣ ਜੇ ਵੇਖਿਆ ਜਾਵੇ ਈ ਉਹਦੋਂ ਕੁੜੀਆਂ ਪਿੰਡ ਦੀਆਂ ਕੁੜੀਆਂ ਆਈਬ੍ਰੋ ਬਣਾਉਂਦੀਆਂ ਸੀ ਹਮਮ ਨਹੀਂ ਬਣਾਉਂਦੀਆਂ ਸੀ ਪਰ ਅੱਜ ਦੀ ਡੇਟ 'ਚ ਤੁਸੀਂ ਕਿਸੇ ਫਿਲਮ ਨੂੰ ਹੀਰੋ ਨੂੰ ਕਿਵੇਂ ਰੱਖ ਸਕਦੇ ਆਈਬ੍ਰੋਸ ਤੋਂ ਬਗੈਰ ਜੀ ਦੱਸ ਦਿਓ ਕੋਈ ਹਿਸਟੋਰੀਕਲ ਫਿਲਮਾਂ ਬਣੀਆਂ ਨੇ ਕਿਹੜੀ ਫਿਲਮ 'ਚ ਰੱਖਿਆ ਗਿਆ ਹਮਮ ਔਰ ਸਕਸੈਸਫੁਲ ਫਿਲਮਾਂ ਮੈਂ ਉਹਨਾਂ ਦਾ ਜ਼ਿਕਰ ਕਰ ਰਿਹਾ ਔਰ ਪੋਛੜੋ ਪਿੰਡਾਂ ਵਾਲਿਆਂ ਨੂੰ ਕਦੋਂ ਤੋਂ ਬਣਾਉਣ ਲੱਗੀਆਂ ਕੁੜੀਆਂ ਹਣਾ ਸੋ ਇਹ ਫਿਲਮ ਹੈ ਕੁਝ ਚੀਜ਼ਾਂ ਜ਼ਿੰਦਗੀ ਚੋਂ ਲਈਆਂ ਜਾਂਦੀਆਂ ਨੇ ਕੁਝ ਦਾ ਐਡਵਾਂਟੇਜ ਲਿਆ ਜਾਂਦਾ ਜੀ ਔਰ ਕੁਝ ਚੀਜ਼ਾਂ ਜਿਵੇਂ ਮਾ ਹਾਲੀਵੁੱਡ ਦੀ ਫਿਲਮ ਉਹਨਾਂ ਦਾ ਨਾ ਫਿਲਮ ਆਰ ਨਾਟ ਅ ਰੀਅਲਿਸਟਿਕ ਫਿਲਮ ਬਿਲੀਵੇਬਲ ਹੋਣੀ ਚਾਹੀਦੀ ਹੈ ਜੀ ਕਿ ਇਹ ਹੋ ਸਕਦਾ ਹੈ ਇਹ ਹੋਇਆ ਸੀ ਇਹ ਆਲਮੋਸਟ ਉਵੇਂ ਹੀ ਹੈ ਫਿਲਮ ਆ ਹੁੰਦੀ ਹੈ ਜੇ ਕੋਈ ਕਹੇ ਕਿ ਮੈਂ ਉਹ ਐਗਜੈਕਟ ਸੂਚਾ ਉਹੀ ਬਣਾਉਂਗਾ ਜਾਂ ਜੋ ਮੁਗਲਿਆਜ਼ਮ ਬਣੀ ਐ ਐਗਜ਼ੈਕਟ ਉਸੀ ਜਾਂ ਕੋਈ ਵੀ ਹੋਰ ਫਿਲਮ ਕਰਤਾਰ ਸਿੰਘ ਸਰਾਬਾ ਬਣੀ ਐ ਜਾਂ ਭਖਤ ਸਿੰਘ ਬਣੀ ਐ ਜਮਾਂ ਹੀ ਉਹ ਸੀ ਇਹ ਬੇਵਕੂਫੀ ਦੀ ਗੱਲ ਐ ਤੁਸੀਂ 2 ਘੰਟਿਆਂ 'ਚ ਦੋ ਜਨਰੇਸ਼ਨਾਂ ਦੀ ਕਹਾਣੀ ਕਿਵੇਂ ਬਣਾ ਦਿਓਗੇ ਜੀ ਜੋ ਇਸ ਚੀਜ਼ ਨੂੰ ਕੌਣ ਡਿਸਾਈਡ ਕਰਦਾ ਐ ਇਹ ਹੁੰਦੀ ਐ ਡਾਇਰੈਕਟਰ ਦੀ ਸੈਂਸਿਬਿਲਿਟੀ ਹਮ ਹਮ ਕਿ ਡਾਇਰੈਕਟਰ ਕਿੰਨਾ ਕੁ ਵਿਖਾਉਂਦਾ ਐ ਕਿੰਨਾ ਕੁ ਨਹੀਂ ਵਿਖਾਉਂਦਾਗਾ ਇਹ ਉਹਦੇ ਤੇ ਡਿਪੈਂਡ ਕਰਦਾ ਹੈ। ਔਰ ਉਹੀ ਚੀਜ਼ ਕਨਵੇ ਹੁੰਦੀ ਹੈ ਆਡੀਅנס ਤੱਕ ਔਰ ਆਡੀਅנס ਰਿਐਕਟ ਕਰਦੀ ਹੈ ਕਿ ਹਾਂ ਯਾਰ ਇਹ ਬਲੀਵੇਬਲ ਹੈ ਸਹੀ ਹੈ ਜਾਂ ਕਹਿੰਦੀ ਹੈ ਇਹ ਬਕਵਾਸ ਹੈ ਇਹ ਨਹੀਂ ਹੋ ਸਕਦਾ ਔਰ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਅੱਜ ਜਦ ਕਿ ਬਹੁਤ ਸਾਰੇ ਘੰਟੇ ਬਾਕੀ ਨੇ ਫਿਲਮਾਂ ਰਿਲੀਜ਼ ਹੋਣ ਚ ਜੀ ਜੇ ਤੁਹਾਨੂੰ ਬਲੀਵੇਬਲ ਨਾ ਲੱਗਿਆ ਮੈਨੂੰ ਕਹਿ ਦਿਓ ਜੀ ਬਿਲਕੁਲ ਠੀਕ ਹੈ ਜੀ ਗੋਗੇ ਮੈਂ ਐ ਵੀਆਂ 20 ਚੀਜ਼ਾਂ ਹੋਰ ਦੱਸ ਦਿਨਾ ਤੁਹਾਨੂੰ ਜਿਹੜੀਆਂ ਪ੍ਰੈਕਟੀਕਲੀ ਪੋਸੀਬਲੀ ਸਿਨੇਮੈਟਿਕ ਕਰਨ ਦੇ ਜੀ ਬਿਲਕੁਲ ਠੀਕ ਹੈ ਕਿੰਨਾ ਮਸ਼ਹੂਰ ਨੋਵਲ ਹੋਇਆ ਹੈ ਨਾਨਕ ਸਿੰਘ ਦਾ ਇੱਕ ਮਿਆਨ ਦੋ ਤਲਵਾਰਾਂ ਹੂੰ ਹੂੰ ਉਹਦੇ ਚ ਕਰਤਾਰ ਸਿੰਘ ਸਰابہ ਪ੍ਰਤੀ ਇੱਕ ਲੜਕੀ ਇੰਟਰਸਟਿਡ ਵਖਾਈ ਗਈ ਹੈ ਹੂੰ ਹੂੰ ਟੋਟਲੀ ਕਾਲਪਨਿਕ ਸੀ ਜੀ ਪਰ ਅੱਜ ਤੱਕ ਕਿਸੇ ਨੇ ਉਹਦੀ ਆਲੋਚਨਾ ਨਹੀਂ ਕੀਤੀ ਸਿਰਫ ਇਸ ਲਈ ਇਹ ਨਹੀਂ ਯਾਰੇ ਬਲੀਵੇਬਲ ਲੱਗ ਰਿਹਾ ਔਰ ਇੱਕ ਚੰਗਾ ਲੱਗ ਰਿਹਾ ਕਿ ਗੁਦਗੁਦੀ ਜੀ ਕਰ ਰਿਹਾ ਅੰਦਰ ਔਰ ਇਹਦੇ ਨਾਲ ਕੋਈ ਹਿਸਟਰੀ ਦਾ ਨੁਕਸਾਨ ਨਹੀਂ ਹੋ ਰਿਹਾਗਾ ਜਦ ਕਿ ਕਰਤਾਰ ਸਿੰਘ ਸਰਾਬਾ ਸਾਡਾ ਬਹੁਤ ਵੱਡਾ ਨਾਇਕ ਹੈ ਔਰ ਆਜ਼ਾਦੀ ਦੀ ਲੜਾਈ ਨਾਲ ਜੁੜਿਆ ਹੈ ਬਲਕਿ ਆਜ਼ਾਦੀ ਦੀ ਪਹਿਲੀ ਲੜਾਈ ਉਹਨਾਂ ਨੇ ਲੜੀ ਹੈ ਹਮ ਹਮ ਬਿਲਕੁਲ ਠੀਕ ਔਰ ਇਹ ਪੀਰੀਅਡ ਵੀ ਇਤਫਾਕ ਨਾਲ ਉਹੀ ਹੈ ਜੋ ਕਰਤਾਰ ਸਿੰਘ ਸਰਾਬੇ ਦਾ ਸੀ ਜੀ ਜੀ ਅਮਿਤੋਜ ਪਾਜੀ ਅ ਬੱਬੂ ਮਾਨ ਹੋ ਰਹੀ ਹਵਾਇਨ ਦੇ ਵਿੱਚ ਤੁਹਾਡੇ ਨਾਲ ਬੱਬੂ ਮਾਨ ਹੋ ਰਾਨੇ ਬਾਦ ਵਿੱਚ ਹਸ਼ਰਚ ਕੰਮ ਕੀਤਾ ਕਈ ਹੋਰ ਫਿਲਮਾਂ ਦੇ ਵਿੱਚ ਕੰਮ ਕੀਤਾ ਫਿਲਮਾਂ ਬਣਾਈਆਂ ਫਿਲਮਾਂ ਦੇ ਵਿੱਚ ਆਏ ਪ੍ਰਵਾਨ ਹੋਏ ਕਿਤੇ ਨਹੀਂ ਵੀ ਹੋਏ ਸੁੱਚਾ ਸੂਰਮਾ ਫਿਲਮ ਬਣਾਉਣ ਲੱਗਿਆ ਅਮਿਤੋਜ ਮਾਨ ਹੋ ਰਾਨੂ ਇੱਕ ਕਲਾਕਾਰ ਚਾਹੀਦਾ ਜਿਹੜਾ ਕਲਾਕਾਰ ਸੁੱਚੇ ਦੇ ਕਿਰਦਾਰ ਦੇ ਵਿੱਚ ਪੂਰਾ ਟੁੱਕੇ ਲੋਕਾਂ ਨੂੰ ਲੱਗੇ ਕਿ ਭਾਈ ਇਹ ਸੱਚਾ ਹੈ ਬੱਬੂ ਮਾਨ ਦੀ ਚੋਣ ਕਿਉਂ ਤੇ ਬੱਬੂ ਮਾਨ ساری ਫਿਲਮ ਦੇ ਨਿਰਮਾਣ ਦੇ ਦੌਰਾਨ ਕੀ ਥੋੜੇ ਮਿਆਰਾਂ ਦੇ ਉੱਤੇ ਖਰੇ ਉਤਰ ਸਕੇ ਕਿਉਂਕਿ ਉਹਨਾਂ ਦੇ ਕੋਲੇ ਸ਼ਬਦ ਬਹੁਤ ਨਹੀਂ ਉਹ ਕਲਾਕਾਰ ਅੱਛੇ ਨੇ ਉਹ ਗਾਇਕ ਚੰਗੇ ਨੇ ਜਦੋਂ ਇੱਕ ਬੰਦਾ ਕਿਉਂਕਿ ਵੱਖ-ਵੱਖ ਪਸ਼ਾਵਾਂ ਦੇ ਸ਼ਬਦਾਂ ਦੇ ਉੱਤੇ ਉਹਨਾਂ ਦੀ ਪਕੜ ਹੈ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਹੈ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਆ ਨੌਜਵਾਨ ਪੀੜ੍ਹੀ ਉਹਨਾਂ ਨੂੰ ਪਸੰਦ ਕਰਦੀ ਹੈ ਕੋਈ ਦੂਰ ਆਏ ਨਹੀਂ ਪਰ ਕੀ ਏਡੇ ਵੱਡੇ ਕਰੈਕਟਰ ਨੂੰ ਨਿਭਾਉਣ ਦੇ ਵਿੱਚ ਉਹ ਜਣੀ ਥੋੜੇ ਕਾਗਜ਼ਾਂ ਦੇ ਵਿੱਚ ਪਾਸ ਹੋ ਸਕੇ ਹੈ ਕਿ ਨਹੀਂ ਉਸੀ ਟ੍ਰੇਲਰ ਵੇਖਿਆ ਹੋਣਾ ਜੀ ਤਿੰਨ ਡਾਇਲੌਗ ਬੋਲੇ ਨੇ ਔਰ ਉਹਨਾਂ ਦੀ ਵਾਕ ਵਗੈਰਾ ਵੀ ਆ ਬੱਬੂ ਦੀ ਉਹਨੂੰ ਉਹ ਕਿਤੇ ਵੀ ਸੁੱਚੇ ਸੂਰਮੇ ਤੋਂ ਹਟਕੇ ਨਹੀਂ ਲੱਗੇ ਹੋਣੇ ਪਹਿਲੀ ਗੱਲ ਦੂਜੀ ਗੱਲ ਇਹ ਬੱਬੂ ਦੀ ਨਾ ਇੱਕ ਖਾਸੀਅਤ ਹੈ ਬੱਬੂ ਨੂੰ ਜਦੋਂ ਮੈਂ ਕੋਈ ਚੀਜ਼ ਕਰਕੇ ਵਖਾਉਣਾ ਹੈ ਉਹ ਬਹੁ ਬਹੁ ਉਹਨੂੰ ਕਰ ਦਿੰਦਾ ਹੈ ਬਹੁ ਬਹੁ ਜਿਵੇਂ ਮੈਨੂੰ ਰਿਕੁਆਇਰਡ ਹੁੰਦੀ ਹੈ ਨਾ ਚੀਜ਼ ਇਹ ਐਂ ਕਰ ਉਹ ਵੇ ਕਰ ਦਿੰਦਾ ਹੈ ਕਾਪੀ ਉਹਨੂੰ ਇਸ ਲਈ ਮੈਂ ਉਹਨੂੰ ਕਿਹਾ ਸੀ ਸ਼ੂਟਿੰਗ ਤੇ ਬੱਬੂ ਰਿਲੈਕਸ ਰਹਿਣਾ ਕਿਉਂਕਿ ਮੇਰਾ ਇਹ ਐਕਸਪੀਰੀਅੰਸ ਹਵਾਈ ਮੇਲੇ ਦਾ ਹੈ ਗਾਣਿਆਂ ਮੇਲੇ ਦਾ ਮੈਂ ਕਿਹਾ ਰਿਲੈਕਸ ਰਹਿਣਾ ਮੈਂ ਤੈਨੂੰ ਕਰਕੇ ਵਿਖਾਉਂਗਾ ਉਹਨੂੰ ਰਿਐਕਟ ਕਰ ਦੇ ਹੂੰ ਹੂੰ ਉਵੇਂ ਹੀ ਕਰ ਦੇ ਤੇ ਜੇ ਤੂੰ ਉਸ ਤੋਂ ਬੈਟਰ ਕਰ ਦੇਗਾ ਹਾਂ ਬਟੋ ਮੇਰੇ ਵਾਂਗੂ ਨਾ ਕਰੀ ਕਰੀਆ ਆਪਦੇ ਵਾਂਗੂ ਜੀ ਔਰ ਤੁਸੀਂ ਪੂਰੀ ਫਿਲਮ ਚ ਵੇਖਿਓ ਜੇ ਬੱਬੂ ਬੱਬੂ ਨਹੀਂ ਸੱਚਾ ਸੂਰਮਾ ਲੱਗੂਗਾ ਕਿਸੇ ਡਾਇਲੋਗ ਨੂੰ ਬੋਲਦਿਆਂ ਹੋਇਆਂ ਉਹ ਤੁਹਾਨੂੰ ਅਗਰ ਪਰਫੈਕਟ ਐਕਟਰ ਨਾ ਲੱਗਿਆ ਤਾਂ ਮੈਨੂੰ ਕਹਿ ਦਿਓ ਜੀ ਇਹ ਵੀ ਗੱਲ ਹੈ ਜੀ ਔਰ ਹੁਣ ਵੀ ਜਿਹੜੇ ਤੁਸੀਂ ਤਿੰਨ ਡਾਇਲੋਗ ਸੁਨੇ ਨੇ ਜਿੱਥੇ ਉਹਦਾ ਮੈਂ ਪੱਗ ਲੈਣ ਆਇਆ ਜਿੱਥੇ ਉਹ ਬਾਕੀ ਗੱਲਾਂ ਕਰਦਾ ਹੈ ਕਿ ਸ਼ੇਰ ਕਰ ਲਈ ਹੁੰਦਾ ਕੁਕਰਾ ਸਾਰਾ ਕੁਝ ਹੋਵੇ ਅਮ ਤੋਜ ਭਾਜੀ ਔਰ ਇਹ ਗੱਲ ਇਹਨੂੰ ਲੈਣ ਦੀ ਮੈਂ ਤੁਹਾਨੂੰ ਉਹ ਵੀ ਕਲੀਅਰ ਕਰ ਜਾਂ ਤਾਂ ਇਹ ਫਿਲਮ ਅਸਲ 'ਚ ਅਸੀਂ ਸਾਰਾ ਗੜੀ ਤੇ ਕੰਮ ਕਰ ਚੁੱਕੇ ਸੀ ਉਹ ਬਣਾਉਣੀ ਸੀ ਉਹ ਰਹਿ ਗਈ ਉਹਦੇ ਰੀਜ਼ਨ ਸੀ ਆ ਡੱਡ ਜਦੋਂ ਇੱਕ ਦਿਨ ਮੈਨੂੰ ਬੱਬੂ ਨੇ ਕਿਹਾ ਯਾਰ ਮੈਨੂੰ ਕਿਸੇ ਨੇ ਕਿਹਾ ਤੂੰ ਸੁੱਚਾ ਸੂਰਮਾ ਕਰੇਗਾ ਮੈਂ ਕਿਹਾ ਬੱਬੂ ਜਿਹਨੇ ਵੀ ਕਿਹਾ ਮੈਨੂੰ ਨਹੀਂ ਪਤਾ ਉਹਨੇ ਸਕ੍ਰਿਪਟ ਬਣਾਈ ਹੈ ਜਾਂ ਨਹੀਂ ਬਣਾਈ ਪਰ ਤੂੰ ਕਰ ਲਾ ਕਿਉਂਕਿ ਇਹ ਰੋਲ ਉਹ ਹੈ ਜਿਹੜਾ ਤੈਨੂੰ ਸੂਟ ਕਰੂਗਾ ਜੀ ਮੈਨੂੰ ਆਂਦਾ ਮੈਂ ਪੱਕਾ ਕਹਿ ਦਿਆ ਹਾਂ ਮੈਂ ਕਿਹਾ ਕਹਿ ਦਿਆ ਆਂਦਾ ਬਟ ਇੱਕ ਸ਼ਰਤ ਤੇ ਕਹੂੰਗਾ ਮੈਂ ਕਿਹਾ ਕਹਿ ਦੇ ਮੈਨੂੰ ਕੋ ਦੱਸ ਰਿਹਾ ਆਂਦਾ ਇਸ ਸ਼ਰਤ ਤੇ ਕਿ ਇਹ ਫਿਲਮ ਤੂੰ ਲਿਖੇਗਾ ਤੂੰ ਬਣਾਏਗਾ ਜੀ ਮੈਂ ਕਿਹਾ ਇੱਕ ਹੀ ਗੱਲ ਹੋਈ ਨਹੀਂ ਆਂਦਾ ਨਾ ਇਹ ਹਿਸਟੋਰੀਕਲ ਕੈਰੈਕਟਰ ਹੈ ਇੰਨਾ ਪੁਰਾਣੀ ਗੱਲ ਹੈ ਇਹ ਐਵੇਂ ਗੱਲਾਂ ਕਰਨ ਵਾਲੇ ਹੁੰਦੇ ਬੰਦ ਹੀ ਨਹੀਂ ਹੁੰਦੀ ਹਮਮ ਮੈਂ ਉਹਦੇ ਬਾਰੇ ਸੀਰੀਅਸ ਥੌਟ ਲਿਆ ਇੱਕ ਜਾਂ ਦੋ ਦਿਨ ਲੱਗੇ ਫਿਰ ਮੈਂ ਕਿਹਾ ਬਣਾਉਨੇ ਆ ਬੱਬੂ ਜੀ ਇਨੇ ਚੀਸਾ ਗਾ ਵਾਲੇ ਸੁਮੇਤ ਸਿੰਘ ਹੋਰੀ ਵੀ ਮੇਰੇ ਟੱਚ ਸੀ ਗੱਲਾਂ ਕਰ ਹੀ ਰਹੇ ਸੀ ਅਸੀਂ ਕਿਹੜਾ ਸਬਜੈਕਟ ਚੁਣੀਏ ਐਂਡ ਵੀ ਡਿਸਾਈਡਡ ਜੀ ਤਾਂ ਹੀਰੋ ਤਾਂ ਆਟੋਮੈਟਿਕਲੀ ਐ ਫਾਈਨਲ ਹੋ ਗਿਆ ਔਰ ਤੁਸੀਂ ਬਿਲੀਵ ਕਰ ਰਹੇ ਹੋ ਜੀ ਅੱਜ ਫਿਲਮ ਬਣ ਚੁੱਕੀ ਆ ਰਿਲੀਜ਼ ਹੋਣ ਵਾਲੀ ਆ 5 ਸਾਲ ਵੀ ਨਿਕਲ ਗਏ ਨੇ ਮੈਨੂੰ ਖੁਸ਼ੀ ਹੈ ਕਿ ਮੈਂ ਸੁੱਚੇ ਸੂਰਮੇ ਲਈ ਬੱਬੂ ਨੂੰ ਲਿਆ ਜੀ ਉਹਨੂੰ ਬੱਬੂ ਘਟ ਔਰ ਸੁੱਚਾ ਸੂਰਮਾ ਲੱਗੂ ਇੱਕ ਤਾਂ ਉਹਦਾ ਜਿਹੜਾ ਐਟੀਟਿਊਡ ਸੀ ਨਾ ਉਹ ਕੈਰੈਕਟਰ ਦੇ ਬਹੁਤ ਨੇੜੇ ਸੀਗਾ ਇਹ ਬਾਕੀ ਬੱਚੀ-ਕੂਚੀ ਗੱਲ ਅਸੀਂ ਆਪ ਵਿੱਚ ਦੀ ਡਿਸਕਸ ਕਰਕੇ ਪ੍ਰੈਕਟਿਸ ਕਰਕੇ ਸ਼ੂਟ ਦੇ ਵਿੱਚ ਦੂਰ ਕਰਤੀ ਹੈ ਹੁਣ ਤੋਂ ਉਹ ਬੱਬੂ ਘਟ ਸੁੱਚਾ ਸੂਰਮਾ ਜ਼ਿਆਦਾ ਲੱਗਦਾ ਅਮਤੋ ਜੀ ਭਾਜੀ ਇੱਕ ਚੀਜ਼ ਮੈਨੂੰ ਹੋਰ ਦੱਸਿਓ ਅਸੀਂ ਪਿੰਡਾਂ ਵਾਲੇ ਲੋਕ ਆ ਤੁਸੀਂ ਵੀ ਪਿੰਡੋਂ ਹੀ ਗਏ ਹੋ ਜਦੋਂ ਅਮਰੂਦ ਤੋੜੀਦੇ ਆ ਨਾ ਤੇ ਅਸੀਂ ਚੰਗੇ ਚੰਗੇ ਅਮਰੂਦ ਪੇਟੀ ਦੇ ਉੱਪਰਲੇ ਪਾਸੇ ਲਾਈਦੇ ਆ ਹੈਗੀ ਤਾਂ ਉਹ ਗੱਲ ਗਲਤ ਐਥਿਕਸ ਤੋਂ ਪਰੇ ਵਾਲੀ ਆ ਤੇ ਜਿਹੜੀ ਬਰੀਕ ਜੇ ਹੁੰਦੇ ਆ ਜਿਹੜੇ ਥੋੜੇ ਜਿਹਾ ਦਾਗੀ ਹੁੰਦੇ ਪੇਟੀ ਦੇ ਥੱਲੇ ਲਾਈਦੇ ਆ ਕਿ ਖਰੀਦਣ ਵਾਲੇ ਨੇ ਪਹਿਲਾਂ ਪੇਟੀ ਉੱਪਰ ਉਹ ਤੋੜਨੀ ਆ ਉੱਪਰਲੇ ਦੋ ਚਾਰ ਦੇਖ ਕੇ ਤਾਂ ਖਰੀਦ ਲੈਣੇ ਆ ਤੁਸੀਂ ਟ੍ਰੇਲਰ ਦਿਖਾਇਆ ਮੈਂ ਸਿਰਫ ਇਹ ਪੁੱਛਣਾ ਚਾਹੁੰਨਾ ਹੈ ਕਿ ਬਾਕੀ ਸਾਰੀ ਫਿਲਮ ਟ੍ਰੇਲਰ ਦੇ ਹਾਨ ਦੀ ਹੋਏਗੀ ਮਤਸਾਬਿਤ ਗਏ ਤੋੜਾ ਇਸ ਲਈ ਮੈਂ ਤੁਹਾਡੇ ਨਾਲ ਹੀ ਗੱਲ ਕਰਦਾ ਹਾਂ ਇਹ ਪੇਟੀ ਸਾਰੀ ਵਧੀਆ ਅਮਰੂਦਾਂ ਦੀ ਹੈ ਵੇਖ ਲਿਓ ਜੇ ਕਿਉਂਕਿ ਮੈਨੂੰ ਚੁੰਨਿਚ ਤਕਲੀਫ ਹੋ ਰਹੀ ਸੀ ਬਲੀਵ ਕਰਿਓ ਜੀ ਯਾਰ ਮੈਂ ਆ ਰੱਖਾਂ ਕਿ ਆ ਰੱਖਾਂ ਆ ਰੱਖਾਂ ਕਿ ਆ ਰੱਖਾਂ ਸਭ ਕੁਝ ਹੁਮੇ ਹੀ ਹੈ ਸਭ ਕੁਝ ਜਦ ਤੁਸੀਂ ਫਿਲਮ ਵੇਖੂਗੇ ਤੁਸੀਂ ਕਹੋਗੇ ਯਾਰ ਟ੍ਰੇਲਰ ਤੇ ਤੂੰ ਬਖਾਇਆ ਹੀ ਨਹੀਂ ਸੀ ਸਾਰਾ ਕੁਝ ਜੀ ਆ ਹਾਲ ਹੈ ਠੀਕ ਹੈ ਜੀ ਇੱਕ ਕਦੋਂ ਕਦੇ ਵੀ ਨਾ ਹਾਂਜੀ ਸਹੀ ਗਾਇ ਤੁਸੀਂ ਪਾਰਟਸ ਦੇ ਵਿੱਚ ਅੱਛੀ ਨਹੀਂ ਹੁੰਦੀ ਫਿਲਮ ਟੋਟੈਲਿਟੀ ਚ ਅੱਛੀ ਹੁੰਦੀ। ਔਰ ਜਿਹੜੇ ਤੁਸੀਂ ਡਾਇਲੌਗ ਵੀ ਵੇਖਿਓ ਨੇ ਕਿਤੇ ਅੱਧੀ ਲਾਈਨ ਦਾ ਵੀ ਆ ਕਿਤੇ ਦੋ ਦੋ ਤਿੰਨ ਲਾਈਨਾਂ ਦਾ ਤਾਂ ਹੈ ਹੀ ਨਹੀਂ ਡਾਇਲੌਗ ਕੋਈ ਬਲਕਿ ਪੂਰੀ ਫਿਲਮ ਚ ਆ ਪੂਰੇ ਟ੍ਰੇਲਰ ਚ। ਇਹ ਵੀ ਉਹ ਅਮ ਤੌਰ ਤੇ ਲੰਬੇ ਡਾਇਲੌਗ ਚੰਗੇ ਲੱਗਦੇ ਨੇ ਪਰ ਇਹ ਛੋਟੇ ਛੋਟੇ ਨੇ ਔਰ ਉਹ ਵੀ ਤੁਹਾਨੂੰ ਜਚੇ ਨੇ। ਜਚੇ ਨੇ। ਅੱਛਾ ਅਮਤੋਜ ਪਾਜੀ ਮੈਨੂੰ ਇੱਕ ਚੀਜ਼ ਹੋਰ ਦੱਸਿਓ ਬੱਬੂ ਮਾਨ ਮੈਂ ਕਦੇ ਉਹਨਾਂ ਨੂੰ ਮਿਲਿਆ ਨਹੀਂ। ਤੇ ਕਦੇ ਸਬਬ ਨਹੀਂ ਬਣਿਆ ਕਦੇ ਯਤਨ ਨਹੀਂ ਕੀਤਾ ਕਈ ਵਾਰੀ ਕਈ ਸੋਸ਼ਲ ਮੀਡੀਆ ਉੱਤੇ ਚੱਲਦਾ ਹੁੰਦਾ ਕਿ ਸੁਭਾਅ ਦੇ ਥੋੜੇ ਜਿਹਾ ਸਖਤ ਨੇ ਕਈ ਵਾਰੀ ਬਹੁਤ ਨਰਮ ਹੁੰਦੇ ਆ ਕਈ ਵਾਰੀ ਬਹੁਤ ਰੁੱਖੇ ਹੁੰਦੇ ਆ ਸੈਟ ਦੇ ਉੱਤੇ ਵੈਸੇ ਤਾਂ ਤੁਸੀਂ ਬੜੇ ਪੁਰਾਣੇ ਮਿੱਤਰ ਹੋ ਬੜੇ ਪੁਰਾਣੇ ਜਾਣਕਾਰ ਹੋ ਬੜਾ ਪੁਰਾਣਾ ਚੰਗਾ ਕੰਮ ਕੀਤਾ ਹੋਇਆ ਹੈ ਦਿੱਕਤ ਤਾਂ ਨਹੀਂ ਆਉਂਦੀ ਹੁੰਦੀ ਕਿ ਕਿਤੇ ਅੜਤਾ ਨਹੀਂ ਜਾਂਦੇ ਹੁੰਦੇ ਕਿ ਭਾਈ ਐਂ ਹੀ ਕਰੂ ਬੱਬੂ ਮੰਨਤਾ ਕਿ ਮੰਨ ਲੈਣੀ ਹੁੰਦੀ ਹੈ ਗੱਲ ਹੈ ਬਿਲੀਵ ਕਰਿਓ ਜੇ ਇੱਕ ਵਾਰੀ ਵੀ ਜੀ ਇੱਕ ਸੈਕਿੰਡ ਲਈ ਵੀ 45 ਦਿਨ 45 ਦਿਨਾਂ ਚ ਫਿਲਮ ਬਣਾਈਆ ਸੀ 45 ਦਿਨਾਂ ਚ ਜਲ ਉਹਨੇ ਦਿਨ ਤਾ ਉਹਦੀ ਲੋਡ ਵੀ ਨਹੀਂ ਸੀ ਘਟਦੇਨ ਸੀ ਸਾਰਾ 250 ਬੰਦਾ ਗਵਾ ਇਸ ਗੱਲ ਦਾ ਜੀ ਜੋ ਨੂੰ ਕਹਤਾ ਜੀ ਉਵੇਂ ਹੀ ਕੀਤਾ ਜਿੰਨੇ ਵਜੇ ਕਹਤਾ ਕਿ ਰਾਤ ਨੂੰ 12 ਵਜੇ ਤੱਕ ਸ਼ੂਟ ਹੈ ਸਵੇਰ 6 ਵਜੇ ਚਾਹੀਦਾ ਹੈ ਉਹ ਆ ਗਿਆ ਔਰ ਇੱਕ ਹੋਰ ਕਮਾਲ ਦੀ ਗੱਲ ਦੱਸਦਾ ਤੁਹਾਨੂੰ ਉਸ ਬੰਦੇ ਨੇ ਆਪ ਦੇ ਜਿਹੜੇ ਨਾਲ ਉਹਦੇ ਅਮਲੇ ਫਮਲੇ ਸੀ ਕਿਸੇ ਬੰਦੇ ਦਾ ਪੈਸਾ ਨਹੀਂ ਲਿਆ ਗੱਡੀਆਂ ਦਾ ਪੈਟਰੋਲ ਤੱਕ ਨਹੀਂ ਲਿਆ ਪ੍ਰੋਡਿਊਸਰ ਤੋਂ ਜੀ ਔਰ ਆਪ ਦੀ ਵੈਨਟੀ ਇਹ ਵੈਨ ਖੋਲ ਕੇ ਰੱਖਦਾ ਸੀ ਕਿ ਭਾਈ ਇੱਥੇ ਵਾਸ਼ਰੂਮ ਵਗੈਰਾ ਹੈ ਨਹੀਂਗੇ ਕਿਸੇ ਵੀ ਲੜਕੀ ਨੇ ਆਉਣਾ ਤਾਂ ਆਜੋ ਕੀ ਬਾਤ ਹੈ ਇੱਕ ਹੀ ਪਰਸੈਪਸ਼ਨਾਂ ਬਣਾਈਆਂ ਹੋਈਆਂ ਲੋਕਾਂ ਨੇ ਆਪਦੇ ਆਪ ਚ ਇੱਕ ਖਿਆਲ ਬਣਾਏ ਹੋਏ ਨੇ ਬਟ ਮੈਂ ਇੱਕ ਗੱਲ ਤੁਹਾਨੂੰ ਕਹੂੰਗਾ ਵਟਸਐਪ ਜੀ ਦੇਖੋ ਮੇਰੇ ਨਾਲ ਉਹ ਇਸ ਕਰਕੇ ਨਹੀਂ ਮੰਨ ਜਾਂਦਾ ਗੱਲ ਕਿ ਮੇਰਾ ਦੋਸਤ ਹੈ ਹੂੰ ਹੂੰ ਮੇਰੀ ਗੱਲ ਉਹ ਇਸ ਕਰਕੇ ਮੰਨ ਜਾਂਦਾ ਕਿ ਮੈਂ ਇਹਦੇ ਹੱਥਾਂ 'ਚ ਸੇਫ ਹੈ ਜੋ ਵੀ ਅਮਿਤੋਜ ਕਰੂਗਾ ਉਹ ਸਹੀ ਕਰੂਗਾ ਇਹ ਕੌਨਫੀਡੈਂਸ ਆ ਉਹਨੂੰ ਔਰ ਕੌਨਫੀਡੈਂਸ ਕਿੱਥੋਂ ਹੁੰਦਾ ਵਟਸਐਪ ਤੁਹਾਡੇ ਕੰਮ 'ਚੋਂ ਹੁੰਦਾ ਜਿਵੇਂ ਮੈਨੂੰ ਕਿਉਂ ਲੱਗਦਾ ਕਿ ਯਾਰ ਜਦੋਂ ਪ੍ਰਾਈਮ ਏਸ਼ੀਆ ਤੇ ਗੱਲ ਕਰਾਂ ਮੈਂ ਵਟਸਐਪ ਨਾਲ ਕਰਾਂ ਜੀ ਹੈਨਾ ਇਹ ਕਿਉਂ ਹੈ ਤੁਹਾਡੇ ਕੰਮ 'ਚੋਂ ਨਿਕਲਦੀ ਆਏ ਗੱਲ ਉਹਨੂੰ ਮੇਰੇ ਤੇ ਕੰਫੀਡੈਂਸ ਹੈ ਔਰ ਜਦੋਂ ਮੈਂ ਉਹਨੂੰ ਦੱਸਦਾ ਹਾਂ ਔਰ ਐਕਸਪਲੇਨ ਕਰਦਾ ਹਾਂ ਤਾਂ ਉਹਨੂੰ ਸਮਝ ਆ ਜਾਂਦੀ ਹੈ ਗੱਲ ਉਹ ਕਹਿੰਦਾ ਯਾਰ ਮੈਨੂੰ ਕਰਕੇ ਵੀ ਵਿਖਾ ਦੇ ਪਲੀਜ਼ ਹੁਣ ਜੇ ਤੁਹਾਨੂੰ ਕੁਝ ਨਹੀਂ ਆਉਂਦਾ ਕਿਸੇ ਡਾਇਰੈਕਟਰ ਨੂੰ ਕੁਝ ਨਹੀਂ ਆਉਂਦਾ ਉਹ ਉਹਨੂੰ ਦੱਸ ਨਹੀਂ پا ਰਿਹਾ ਤਾਂ ਉਹ ਚ ਬੱਬੂ ਦਾ ਕੀ ਕਸੂਰ ਹੈ ਜੀ ਜੀ ਤੁਸੀਂ ਰਾਹ ਦਾ ਬਾਹੋਂ ਨਾ ਐਕਟਰ ਤਾਂ ਰਾਹੀ ਹੁੰਦਾ ਹੈ ਰਾਹ ਜਿਹੜੇ ਰਾਹ ਕਹਿੰਦੇ ਹੁੰਦੇ ਆ ਰਾਹ ਦੱਸਣ ਵਾਲਾ ਉਹ ਤਾਂ ਡਾਇਰੈਕਟਰ ਆ ਉਹ ਦੱਸੇ ਤਾਂ ਸਹੀ ਹੈ ਇਧਰ ਨੂੰ ਤੁਰਨਾ ਆਪ ਤੁਹਾਨੂੰ ਦੱਸਣਾ ਨਹੀਂ ਆ ਰਿਹਾ ਐਕਟਰ ਕੀ ਤੁਰੇ ਵਿਚਾਰਾ ਉਧਰ ਨੂੰ ਤੁਸੀਂ ਬੜੇ ਹੁਣ ਤੁਸੀਂ ਫਿਲਮ ਵੇਖੀ ਹੋਣੀ RAM TEERI GANGAMALI ਹਮ ਮੰਦਕਨੀ ਕੀ ਉਸ ਤੋਂ ਬਾਅਦ ਕਿਤੇ ਐਡਾ ਸੋਨਾ ਪਰਫਾਰਮ ਕਰ ਪਾਈ ਸੀ ਜੋ ਰਾਜਕਪੂਰਣ ਕਰ ਗਈ ਸੀ ਮੈਂ ਆਪ ਦੇ ਆਪ ਨੂੰ ਰਾਜਕਪੂਰ ਸਾਹਿਬ ਨਾਲ ਨਹੀਂ ਕੰਪੇਅਰ ਕਰ ਰਿਹਾ ਬਟ ਮੈਂ ਉਦਾਹਰਣ ਦੇ ਰਿਹਾ ਜੀ ਜੀ ਐਕਟਰ ਉਹ ਜ਼ਿਆਦਾ ਅੱਛਾ ਹੁੰਦਾ ਹੈ ਜੋ ਡਾਇਰੈਕਟਰ ਦੇ ਹਿਸਾਬ ਨਾਲ ਚੱਲੇ ਪਰ ਜੇ ਡਾਇਰੈਕਟਰ ਦਾ ਖੁਦ ਹੀ ਵਿਜ਼ਨ ਕਲੀਅਰ ਨਹੀਂ ਉਹਨੂੰ ਇਹ ਨਹੀਂ ਪਤਾ ਮੇਰਾ ਐਕਟਰ ਚੱਲੂਗਾ ਕਿਵੇਂ ਕੈਰੇਕਟਰ ਇਹ ਪੈਨੂਗਾ ਕੀ ਇਹਦੀ ਲੁੱਕ ਕਿ ਇਹੋ ਜੀ ਹੋਣੀ ਚਾਹੀਦੀ ਹੈ ਲਾਈਟਸ ਦਾ ਪੈਟਰਨ ਕੀ ਹੋਊਗਾ ਸਾਊਂਡ ਕਿਸ ਤਰ੍ਹਾਂ ਦੀ ਚਾਹੀਦੀ ਹੈ ਵਗੈਰਾ ਵਗੈਰਾ ਬਹੁਤ ਸਾਰੀਆਂ ਗੱਲਾਂ ਨੇ ਤਾਂ ਤੁਸੀਂ ਕਰੋਗੇ ਕੀ ਉੱਥੇ ਹੂੰ ਮੈਨੂੰ ਉਹ ਕਲੀਅਰ ਹੈ ਮੈਂ ਉਹ ਇਹੀ ਕੰਮ ਹਵਾ ਇੰਚ ਕੀਤਾ ਈ ਉਹ ਹੀ ਇਹਦੇ ਚ ਕੀਤਾ ਇੱਕ ਪਲ ਲਈ ਵੀ ਨਹੀਂ ਬੋਲਿਆ ਨਾ ਡਬਿੰਗ ਲਈ ਬੋਲਿਆ ਹੂੰ ਨਾ ਗਾਣਿਆਂ ਨੂੰ ਲੈ ਕੇ ਬੋਲਿਆ ਜੋ ਜੋ ਮੈਂ ਕਿਹਾ ਹੋਏ ਉਹ ਮੈਂ ਕੀਤਾ ਇਸੇ ਲਈ ਬਾ ਕਮਾਲ ਹੈ ਜੀ ਅ ਮੈਨੂੰ ਅਮਿਤੋਜ ਭਾਜੀ ਫਿਲਮਾਂ ਦੀ ਬਰੀਕੀ ਚ ਜਾਣਕਾਰੀ ਨਹੀਂ ਹੈਗੀ ਕਿਉਂਕਿ ਮੈਂ ਤਾਂ ਪੱਤਰਕਾਰ ਬੰਦਾ ਛੋਟਾ ਪਰ ਜਦੋਂ ਮੈਂ ਸੰਜੇ ਲੀਲਾ ਪੰਸਾਲੀ ਦੀਆਂ ਫਿਲਮਾਂ ਵੇਖਦਾ ਮੈਨੂੰ ਇਹ ਲੱਗਦਾ ਹੁੰਦਾ ਕਿ ਜੋ ਵਿਖਾਉਣਾ ਚਾਹੁੰਦੇ ਆ ਨਾ ਉਹਨਾਂ ਦੇ ਕਲਾਕਾਰਾਂ ਦੇ ਬੋਲਣ ਤੋਂ ਬਿਨਾਂ ਸਾਨੂੰ ਸਮਝ ਆ ਜਾਂਦਾ ਕਿ ਭਾਈ ਆ ਚੀਜ਼ ਹੁਣ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਕਿ 1915 ਵਾਲਾ ਪੰਜਾਬ ਜਦੋਂ ਵਿਖਾਉਣਾ ਸੀ ਮਿਹਨਤ ਕਿੰਨੀ ਕਰਨੀ ਪਈ ਰੇਤਾ ਕਿੱਥੋਂ ਲੱਭਿਆ ਉਦੋਂ ਦੇ ਘਰ ਸੈਟ ਲਾਉਣ ਦੇ ਵਿੱਚ ਕਿੰਨੀ ਕਿ ਸਮੱਸਿਆ ਕੱਪੜੇ ਬੂਰੀਆਂ ਲੀਡਾ ਲੱਤਾ ਸੇਬੇ ਸੂਬੇ ਜਾਨੀ ਮਿਹਨਤ ਕੀਤੀ ਆ ਉਹਦੇ ਤੇ ਕਿਉਂਕਿ ਅਸੀਂ ਕੱਲਾ ਸੁੱਚਾ ਨਹੀਂ ਦੇਖਣਾ ਅਸੀਂ 100 ਤੇ 9 ਸਾਲ ਪੁਰਾਣਾ ਪੰਜਾਬ ਵੀ ਦੇਖਣਾ ਉਹਦੇ ਵਿੱਚੋਂ ਤੁਸੀਂ ਜਿੰਨਾ ਟ੍ਰੇਲਰ ਚ ਵੇਖ ਲਿਆ ਤੁਹਾਨੂੰ ਅੰਦਾਜ਼ਾ ਵੀ ਹੋ ਗਿਆ ਹੋਣਾ ਜੀ ਕਿਉਂਕਿ ਉਹ ਟ੍ਰੇਲਰ ਵੀ ਫਿਲਮ ਚ ਹੀ ਕੱਢਿਆ ਗਿਆ ਔਰ ਚਾਏ ਘਰ ਹੋਵੇ ਹੂੰ ਹੂੰ ਚਾਏ ਜ਼ਮੀਨ ਸਭ ਤੋਂ ਓਖਾ ਕੀ ਹੁੰਦਾ ਹੈ ਇਹ ਘਰ ਤਾਂ ਤੁਸੀਂ ਆਪ ਦਾ ਸੈਟ ਲਾ ਸਕਦੇ ਹੋ ਜੀ ਪਰ ਤੁਸੀਂ ਸਾਰਾ ਇਲਾਕਾ ਥੋੜੀ ਉਪਜਾ ਬਣਾ ਦੋਗੇ ਜੀ ਜੇ ਤੁਸੀਂ ਸੂਰਤਗੜ ਤੋਂ ਬੀਕਾਨੇਰ ਵੱਲ ਨੂੰ ਜਾਓ ਤਾਂ ਉੱਤੇ ਹਜੇ ਵੀ ਬਹੁਤ ਸਾਰੀਆਂ ਜ਼ਮੀਨਾਂ ਇਸ ਤਰ੍ਹਾਂ ਦੀਆਂ ਨੇ ਜੋ 1915 ਦੇ ਗੇਟ ਚ ਪੰਜਾਬ ਦੀਆਂ ਹੁੰਦੀਆਂ ਸੀ ਬਹੁਤ ਸਾਰਾ ਇਲਾਕਾ ਰਤੀਲਾ ਹੁੰਦਾ ਸੀ ਸਾਰੀ ਜ਼ਮੀਨ ਸਾਰੀ ਬਰਾਨੀ ਸੀ ਕਿ ਜਿੱਥੇ ਨਹਿਰੀ ਪਾਣੀ ਨਹੀਂ ਲੱਗਦਾ ਸੀ ਨਹਿਰਾਂ ਹੀ ਨਹੀਂ ਸੀ ਜੀ ਉਹ ਜੇ ਤੁਸੀਂ ਉਧਰ ਜਾਉਂਗੇ ਨਾ ਤਾਂ ਉਹ ਤੁਹਾਨੂੰ ਟਿੱਬੇ ਵੀ ਨਜ਼ਰ ਆ ਜਾਣਗੇ ਬਰਾਨੀ ਫਸਲਾਂ ਵੀ ਨਾ ਜੇ ਸਰੋਂ ਵੀ ਹੈ ਤਾਂ ਬਰਾਨੀ ਹੈ ਹੂੰ ਜਿੱਥੇ ਪਾਣੀ ਨਹੀਂ ਲੱਗਦਾਗਾ ਰੱਬ ਦੇ ਆਸਰੇ ਜਿੰਨੀ ਹੋਗੀ ਹੋਗੀ ਨਹੀਂ ਹੋਈ ਤਾਂ ਨਹੀਂ ਹੋਈ ਛੋਲੇ ਹੁੰਦੇ ਸੀਗੇ ਇਹ ਸਾਰਾ ਕੁਝ ਅਸੀਂ ਉੱਥੇ ਪਾ ਲਿਆ ਜਾ ਕੇ ਬਨਾਇਆ ਕੁਝ ਬਣਿਆ ਬਨਾਇਆ ਸੀ ਔਰ ਉਹੀ ਚੀਜ਼ ਵਖਾਈ ਗਈ ਔਰ ਤੁਹਾਨੂੰ ਨਜ਼ਰ ਵੀ ਆਉਗੀ ਜਿਵੇਂ ਦੂਜੀ ਗੱਲ ਤੁਸੀਂ ਇੱਕ ਕਮਾਲ ਕਹੀ ਹੈ ਸਿਨੇਮੇ ਨੂੰ ਲੈ ਕੇ ਜੀ ਮੈਂ ਨਾ WhatsApp ਉਸ ਈਮੋਸ਼ਨ ਦੀ ਕਦਰ ਕਰਦਾ ਜਿਹੜਾ ਸ਼ਬਦਾਂ ਦਾ ਆਸਰਾ ਨਾ ਪਾਲੇ। ਕੀ ਬਾਤ ਹੈ। ਜਿਵੇਂ ਕਿ ਕਿਸੇ ਮਾਂ ਨੇ ਆਪਦੇ ਪੁੱਤ ਨੂੰ ਆਈ ਲਵ ਯੂ ਕਿਹਾ? ਹੂੰ ਹੂੰ। ਨਾ। ਉਹਦਾ ਹਰ ਪੋਸਚਰ, ਹਰ ਜੈਸਚਰ ਆਈ ਲਵ ਯੂ ਹੀ ਹੁੰਦਾ ਹੈ। ਜੀ। ਤੁਸੀਂ ਫਿਲਮ 'ਚ ਇੱਕ ਸ਼ਾਰਟ ਵੇਖਿਆ ਹੋਣਾ ਜਿੱਥੇ ਕੁੜੀ ਪੈਰ ਨਾਲ ਦਰਵਾਜ਼ਾ ਖੋਲਦੀ ਔਰ ਇੱਕ ਫਿਰ ਐਟੀਟਿਊਡ ਨਾਲ ਖੜੀ ਹੋ ਜਾਂਦੀ ਹੈ। ਇਹ ਉਹੀ ਹੈ। ਯੋਹੀ ਇਹ ਕਿਆ ਨਹੀਂ ਗਿਆ ਜੀ ਪੱਠ ਜੀ ਆ ਨੂੰ ਕਹਿ ਦਿੱਤਾ ਗਿਆ ਜਾਂ ਮੰਤਰਣ ਦੇ ਦਿੱਤਾ ਗਿਆ ਬਿਲਕੁਲ ਠੀਕ ਹੈ ਇੱਕ ਇਸੇ ਤਰ੍ਹਾਂ ਨਾਲ ਪੂਰੀ ਫਿਲਮ ਹੈ ਜੀਤੇ ਚ ਗੱਲਾਂ ਥੋਡੇ ਐਕਸਪ੍ਰੈਸ਼ਨ ਕਹਿ ਜਾਣਗੇ ਔਰ ਮੈਂ ਉਸ ਗੱਲ ਦਾ ਕਾਇਲ ਹਾਂ ਕਿ ਜ਼ੁਬਾਨ ਦਾ ਅਸਰਾ ਕਿਉਂ ਲੈਣਾ ਪਵੇ ਕਿਉਂਕਿ ਥੋਡੀਆਂ ਅੱਖਾਂ ਹੀ ਬਹੁਤ ਕੁਝ ਕਹਿ ਦਿੰਦੀਆਂ ਹਨ ਬਿਲਕੁਲ ਠੀਕ ਹੈ ਜੀ ਅਮਿਤੋਜ ਭਾਜੀ ਮੈਨੂੰ ਇੱਕ ਚੀਜ਼ ਹੋਰ ਜ਼ਰੂਰ ਦੱਸਿਓ ਮਸੀਂ ਸਾਰਿਆਂ ਦਾ ਸਤਿਕਾਰ ਕਰਦੇ ਆਂ ਜਿਹੜੇ ਵੀ ਪੰਜਾਬੀ ਸਿਨੇਮਾ ਦੇ ਵਿੱਚ ਕੰਮ ਕਰਦੇ ਨੇ ਕਿਸੇ ਵੀ ਪੱਦਰ ਦੇ ਉੱਤੇ ਸਾਡੀ ਆਪਦੀ ਵੀ ਸਮੱਸਿਆ ਸਾਡੀ ਦੇਖਣ ਵਾਲਿਆਂ ਦੀ ਕਿ ਅਸੀਂ ਜਿਹੜਾ ਬੰਦਾ ਪਰਦੇ ਦੇ ਮੋਹਰੇ ਹੁੰਦਾ ਸਾਨੂੰ ਲੱਗਦਾ ਹੁੰਦਾ ਕਿ ਭਾਈ ਸਾਰਾ ਕੁਝ ਉਹਦਾ ਹੀ ਹੈ ਜਦਕਿ ਪਰਦੇ ਦੇ ਪਿੱਛੇ ਹੁਣ ਮੈਂ ਸਟੂਡੀਓ 'ਚ ਬੈਠਾਂ ਮੈਂ ਹੀ ਦਿਸ ਰਿਹਾ ਪੰਜਾਬੀਆਂ ਨੂੰ ਤੁਸੀਂ ਦਿਸ ਰਹੇ ਹੋ ਪਰ ਸਾਡੇ ਕੈਮਰਾਮੈਨ ਸਾਡੇ ਟੈਕਨੀਸ਼ੀਅਨ ਸਾਡੇ ਐਡੀਟਰ ਸਹਿਬਾਨ ਸਾਡੇ ਲਾਈਟਾਂ ਵਾਲੇ ਸਾਡੇ ਚਾਹ ਪਾਣੀ ਸਾਨੂੰ ਪਿਲਾਉਣ ਵਾਲੇ ਸਾਰਿਆਂ ਦਾ ਇਹਦੇ ਵਿੱਚ ਯੋਗਦਾਨ ਹੈ ਮਾਲਕਾਂ ਦਾ ਯੋਗਦਾਨ ਹੈ ਤੇ ਅਸੀਂ ਭੁੱਲ ਜਾਨੇ ਮੈਂ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਕਿ ਭਾਈ ਜਦੋਂ ਤੁਸੀਂ ਦੋ ਢਾਈ ਜਾਂ ਸਵਾ ਦੋ ਘੰਟੇ ਦੀ ਫਿਲਮ ਦੇਖਦੇ ਹੋ ਨਾ ਉਹਦੇ ਪਿਛਲੇ ਦੋ ਸਵਾ ਦੋ ਸਾਲ ਦਾ ਜਾਂ ਕਈ ਵਾਰੀ 20 ਸਾਲ ਦਾ ਵੀ ਕੰਮ ਜਿਹੜਾ ਜਿਨ੍ਹਾਂ ਜਿਨ੍ਹਾਂ ਨੇ ਵੀ ਕੀਤਾ ਉਹਨਾਂ ਸਾਰਿਆਂ ਦਾ ਸਤਿਕਾਰ ਕਰਿਆ ਕਰੋ ਅਮਨਤੋਜ ਬਾਜੀ ਮੈਨੂੰ ਇੱਕ ਚੀਜ਼ ਦੱਸਿਓ ਅਸੀਂ ਪਿੰਡਾਂ 'ਚ ਕਹਿੰਦੇ ਹੁੰਦੇ ਅਸੀਂ ਨੰਬਰੀ ਆ ਜੇ ਫਿਲਮ ਦੀ ਇਹਨੂੰ ਕੱਢ ਦਿਓ ਇਹ ਆਮ ਹੀ ਹੁੰਦਾ ਸੀ ਜਦ ਕਿ ਅਸਲ ਕੰਮ ਕਰਨ ਵਾਲਿਆਂ ਦੇ ਨਾਮ ਵੀ ਅਸੀਂ ਜਦੋਂ ਪੜਨਾ ਨਹੀਂ ਚਾਹੁੰਦੇ ਤੁਸੀਂ ਇਹ ਤੇ ਟਿੱਪਣੀ ਜ਼ਰੂਰ ਕਰਦੇ ਹੋ ਐਸਾਈ ਕਿਹਾ ਤੁਸੀਂ ਅਸਲ ਚ ਹਾਲੀਵੁੱਡ ਚ ਸ਼ੁਰੂ ਹੋ ਗਿਆ ਹੈ ਜੀ ਬਹੁਤ ਪਹਿਲਾਂ ਦਾ ਸ਼ੁਰੂ ਸੀ ਖੈਰ ਹਾਂ ਹਾਂ ਹਾਲੀਵੁੱਡ ਚ ਪਤਾ ਹੈ ਲੋਕਾਂ ਨੂੰ ਕਿ ਕੈਪਟਨ ਆਫ ਦੀ ਸ਼ਿਪ ਡਾਇਰੈਕਟਰ ਹੁੰਦਾ ਹੈ ਜੀ ਔਰ ਸਿਨੇਮਾਟੋਗ੍ਰਾਫਰ ਹੋਵੇ ਸਾਊਂਡ ਡਿਜ਼ਾਈਨਰ ਹੋਵੇ ਸਾਊਂਡ ਇੰਜੀਨੀਅਰ ਹੋਵੇ ਆਰਟ ਡਾਇਰੈਕਟਰ ਹੋਵੇ ਕੋਸਟਿਮ ਡਿਜ਼ਾਈਨਰ ਹੋਵੇ ਫਾਈਟ ਮਾਸਟਰ ਹੋਵੇ ਕੋਰੀਓਗ੍ਰਾਫਰ ਹੋਵੇ ਇਹ ਸਾਰੇ ਉਹ ਲੋਕ ਨੇ ਜੋ ਇਸ ਫਿਲਮ ਦੇ ਪਿੱਲਰ ਹੁੰਦੇ ਨੇ ਬਲਕਿ ਬੈਕਬੋਨ ਹੁੰਦੇ ਨੇ ਹਮਮ ਐਕਟਰ ਜਿਹੜੇ ਹੁੰਦੇ ਨੇ ਉਹ ਫੇਸ ਹੁੰਦੇ ਨੇ ਔਰ ਇਹ ਘੋਸ਼ਿਤ ਗੱਲ ਹੈ ਕਿ ਜਿਹੜਾ 20% ਤੋਂ ਜ਼ਿਆਦਾ ਯੋਗਦਾਨ ਸਾਰੇ ਐਕਟਰਾਂ ਦਾ ਮੁਲਾਕਾਬ ਨਹੀਂ ਹੁੰਦਾ ਜੀ ਬਾਕੀ ਯੋਗਦਾਨ ਬਾਕੀ ਡਿਪਾਰਟਮੈਂਟਾਂ ਦਾ ਹੁੰਦਾ ਸੋ ਤੁਸੀਂ ਕੀ ਸੋਚ ਰਹੇ ਹੋ ਕਿੱਧਰ ਝਾਕ ਰਹੇ ਹੋ ਕਿਵੇਂ ਬੋਲ ਰਹੇ ਹੋ ਕੀ ਪਹਿਨ ਰਹੇ ਹੋ ਕੀ ਕਰ ਰਹੇ ਹੋ ਉਹ ਸਾਰਾ ਕੁਝ ਤੁਹਾਨੂੰ ਦੱਸਿਆ ਜਾਂਦਾ ਐਕਟਰ ਫੇਅਰ ਕਰਦਾ ਜੀ ਸੋ ਇਹ ਫਿਲਮ ਜਿਹੜਾ ਮਾਧਿਅਮ ਹੈ ਇਹ ਡਾਇਰੈਕਟਰ ਦਾ ਹੈ ਜਾਂ ਡਾਇਰੈਕਟਰ ਦੇ ਨਾਲ ਖੜੀ ਹੋਈ ਬਾਕੀ ਟੀਮ ਦਾ ਔਰ ਇਸੇ ਲਈ ਉਹਨਾਂ ਨੂੰ ਬੈਕਬੋਨ ਕਿਹਾ ਜਾਂਦਾ ਹੈ ਰੀੜ ਦੀ ਹੱਡੀ ਇਹ ਜਿਹੜੇ ਐਕਟਰ ਹੁੰਦੇ ਨੇ ਉਹਨਾਂ ਨੂੰ ਫੇਸ ਕਿਹਾ ਜਾਂਦਾ ਕਿਉਂਕਿ ਉਹਨਾਂ ਦੇ ਰਾਹੀਂ ਮਿਹਨਤ ਨਿਕਲ ਰਹੀ ਹੁੰਦੀ ਆ ਬਾਹਰ ਸੋ ਉਹਨਾਂ ਦੀ ਇੱਕ ਆਪਦੀ ਐਹਮੀਅਤ ਹੈ ਪਰ ਉਸ ਐਹਮੀਅਤ ਤੋਂ ਵੀ ਵੱਡੇ ਹੁਣ ਜਿਵੇਂ ਤੁਸੀਂ ਬੱਬੂ ਦਾ ਜ਼ਿਕਰ ਕੀਤਾ ਮੈਂ ਇੱਕ ਦੋ ਉਦਾਹਰਨਾ ਹਿੰਦੀ ਫਿਲਮਾਂ ਦੀਆਂ ਵੀ ਦਿੱਤੀਆਂ ਜੀ ਐਕਟਰ ਕਿਸੇ ਡਾਇਰੈਕਟਰ ਨਾਲ ਬਦਲ ਕਿਉਂ ਜਾਂਦਾ ਵੀ ਹਮ ਹਮ ਕਿਉਂਕਿ ਵਿਜ਼ਨ ਤਾਂ ਥੋੜਾ ਹੈ ਜੀ ਉਸ ਚੀਜ਼ ਤੋਂ ਕਰਾਉਣਾ ਵੀ ਤੁਸੀਂ ਹੈ ਕਰਨਾ ਵੀ ਕਿਵੇਂ ਹੈ ਐਟਮਾਸਫੀਅਰ ਵੀ ਤੁਸੀਂ ਚਿਤਰਨਾ ਔਰ ਇਹ ਬੜੀ ਲੰਬੀ ਚੌੜੀ ਮਿਹਨਤ ਹੁੰਦੀ ਹੈ ਇਹ ਡਾਇਰੈਕਟਰ ਦੀ ਹੁੰਦੀ ਹੈ ਇਸੇ ਲਈ ਫਿਲਮ ਨੂੰ ਬੇਬੀ ਆਫ ਡਾਇਰੈਕਟਰ ਕਿਹਾ ਜਾਂਦਾ ਹੈ ਔਰ ਡਾਇਰੈਕਟਰ ਨੂੰ ਵੀ ਖੁਸ਼ੀ ਹੋਵੇਂ ਹੀ ਹੁੰਦੀ ਹੈ ਫਿਲਮ ਦੀਆਂ ਹਰ ਕੈਰੈਕਟਰ ਨੂੰ ਮੁਕੰਮਲ ਹੋਇਆ ਵੇਖ ਕੇ ਜਿਵੇਂ ਕਿਸੇ ਮਾਪੇ ਨੂੰ ਖੁਸ਼ੀ ਹੁੰਦੀ ਹੈ ਜਦੋਂ ਉਹਦੀ ਬੱਚੇ ਦੀ ਜਾਂ ਬੱਚੀ ਦੀ ਸ਼ਾਦੀ ਹੋ ਰਹੀ ਹੁੰਦੀ ਹੈ ਕਿ ਇਹਨੂੰ ਮੈਂ ਪਾਲਿਆ ਵੱਡਾ ਕੀਤਾ ਜਵਾਨ ਕੀਤਾ ਤੇ ਹੁਣ ਮੈਂ ਸ਼ਾਦੀ ਕਰ ਰਿਹਾ ਅੱਜ ਮੈਨੂੰ ਉਹੀ ਫੀਲਿੰਗ ਸੁਚਾ ਸੂਰਮਾ ਨੂੰ ਲੈ ਕੇ ਹੋ ਰਹੀ ਹੈ ਅਮਿਤੋਜ ਭਾਜੀ ਅਸੀਂ ਫਿਲਮਾਂ ਦੇਖ ਕੇ ਹੁਣ ਜਦੋਂ ਬਾਹਰ ਨਿਕਲਦੇ ਕਿਉਂਕਿ ਦੇਖਦੇ ਹਾਂ ਅਸੀਂ ਪਰਿਵਾਰਾਂ ਨੂੰ ਲਿਜਾ ਕੇ ਦੇਖਦੇ ਹਾਂ ਜਦੋਂ ਥੀਏਟਰ ਦੇ ਵਿੱਚੋਂ ਬਾਹਰ ਨਿਕਲਦੇ ਆਂ ਤੇ ਘਰ ਨੂੰ ਲਿਜਾਣ ਦੇ ਲਈ ਦਰਜਣ ਕੇਲੇ ਰੇੜੀ ਤੋਂ ਖਰੀਦਦੇ ਆਂ ਪੰਜਾਬ ਦੇ ਵਿੱਚ ਤੇ ਕੇਲੇ ਖਰੀਦਦੇ ਆਂ ਸਾਨੂੰ ਫਿਲਮ ਦਾ ਚੇਤਾ ਭੁੱਲ ਜਾਂਦਾ ਕਿ ਉਹ ਫਿਲਮ ਕੀ ਸੀ ਕਹਾਣੀ ਕੀ ਸੀ ਉਹਦੇ ਗੀਤ ਕੀ ਸੀ ਉਹਦੇ ਵਿੱਚ ਸੁਨੇਹਾ ਕੀ ਦਿੱਤਾ ਗਿਆ ਸੀ ਫਿਲਮਾਂ ਦਾ ਪੱਦਰ ਡਿਗ ਪਿਆ ਇਸ ਫਿਲਮ ਨੂੰ ਪੰਜਾਬੀ ਜੇ ਪਰਿਵਾਰਾਂ ਸਮੇਤ ਵੇਖਣ ਜਾਣ ਚਿੱਤੇ ਰੱਖਣਗੇ ਆਪਣੇ ਆਪ ਕੋਸ਼ਿਸ਼ ਤਾਂ ਨਹੀਂ ਕਰਨੀ ਪਊਗੀ ਕਿ ਭਾਈ ਫਿਲਮ ਦੇ ਵਿੱਚ ਕੀ ਸੀ ਦੇਖੋ ਜੇ ਇਹ ਹੀ ਨਾ ਕਰਵਾ पाए ਜੀ ਤਾਂ ਫਿਰ ਫਿਲਮ ਬੁਲਾਉਣ ਦਾ ਕੀ ਫਾਇਦਾ ਹੋਏ ਹਮ ਹਾਂਣਾ ਜੀ ਪਹਿਲੀ ਗੱਲ ਤੁਸੀਂ ਪਰਿਵਾਰਾਂ ਦੇ ਨਾਲ ਜਾਓ ਛੁੱਡੀ ਧੌਣ ਨਹੀਂ ਵੀ ਨਹੀਂ ਹੋਊਗੀ ਨਾਲ ਬੇਟੀ ਜਾਂ ਭੈਣ ਦੇ ਬੈਠਣ ਕਰਕੇ ਕਿ ਆ ਕੀ ਆ ਗਿਆ ਸਕਰੀਨ ਤੇ ਪਹਿਲੀ ਗੱਲ ਦੂਜੀ ਗੱਲ ਉਹਨੂੰ ਫਖਰ ਮਹਿਸੂਸ ਹੋਊਗਾ ਇਹ ਤੁਹਾਡਾ ਪੰਜਾਬ ਇਹੋ ਜਿਹਾ ਹੁੰਦਾ ਸੀ 109 ਸਾਲ ਪਹਿਲਾਂ ਜੀ બીજી ਗੱਲ ਕਿ ਤੁਹਾਡੇ ਦਿਮਾਗ 'ਚ ਜਦੋਂ ਵੀ ਸੁੱਚਾ ਸੂਰਮਾ ਪੁਕਾਰ ਬਲਵੀਰੋ ਪਾਗ ਨਰੇਣਾ ਉਬਰਣਗੇ ਕਿਤੇ ਉਹਨਾਂ ਦਾ ਜ਼ਿਕਰ ਹੋਊਗਾ ਤਾਂ ਤੁਹਾਨੂੰ ਇਹ ਫਿਲਮ ਦੇ ਕੈਰੈਕਟਰ ਨਜ਼ਰ ਆਉਣਗੇ ਕਿ ਉਹ ਆ ਸੀਗੇ ਹਮ ਔਰ ਉਹਨੂੰ ਉਹਦੋਂ ਦੇ ਵਿਆਹ ਕਲਚਰ ਕਿਵੇਂ ਹੁੰਦਾ ਸੀ ਬਰਾਤਾਂ ਕਿਵੇਂ ਬਨੀਆਂ ਜਾਂਦੀਆਂ ਸੀ ਤੇ ਕਿਵੇਂ ਛੜਾਈਆਂ ਜਾਂਦੀਆਂ ਸੀ ਖਾਨ ਚ ਜਾਂ ਪਿੰਡ ਕਿਵੇਂ ਵਲੀਦਾ ਸੀ ਜਾਂ ਹੋਰ ਸਾਰੀਆਂ ਸਾਡੇ ਕਲਚਰ ਨਾਲ ਜੁੜੀਆਂ ਗੱਲਾਂ ਉਹ ਸਭ ਇਸ ਚ ਵੇਖਣ ਨੂੰ ਮਿਲ ਗਈਆਂ ਔਰ ਤੁਸੀਂ ਕੱਲੇ ਕੁੱਕਰ ਤੇ ਸੁੱਚੇ ਦੀ ਕਹਾਣੀ ਨਹੀਂ ਬਹੁਤ ਕੋਸ਼ਿ ਜਿਹੜਾ ਤੁਸੀਂ ਮੈਨੂੰ ਕੁਐਸਚਨ ਪੁੱਛਿਆ ਸੀ ਬਾਟ ਸਾਹਿਬ ਕਿ ਤੁਸੀਂ ਕੱਲਾ ਸੂਰਮਈ ਨੂੰ ਵੇਖਣ ਨਹੀਂ ਜਾ ਰਹੇ ਉਦੋਂ ਦੇ ਪੰਜਾਬ ਨੂੰ ਵੇਖਣ ਜਾ ਰਹੇ ਜਿੱਦੇ ਚ ਸਾਰਾ ਕੁਝ ਆਊਗਾ ਸਾਰਾ ਕੁਝ ਆਊਗਾ ਔਰ ਤੁਹਾਨੂੰ ਉਹ ਚੰਗਾ ਵੀ ਲੱਗੂਗਾ ਸਰਬਜੀਤ ਚੀਮੇ ਉਹਨਾਂ ਨੇ ਕਹਿੰਦੇ ਮੰਜੇ ਦੀ ਬਾਹੀ ਤੋੜ ਦਿੱਤੀ ਸੀ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਕਰਦੇ ਸੀ ਉਹ ਪਹਿਲਵਾਨੀ ਨਾਲ ਨਹੀਂ ਥੋੜੀ ਸੀਗੀ ਉਹਨਾਂ ਨੂੰ ਉਹਨਾਂ ਦੀਆਂ ਸਾਲੀਆਂ ਨੇ ਥੱਲੇ ਸੜਤਾ ਉਹ ਵਿਚਾਰੇ ਸੱਚੀ ਸੱਟ ਵੱਜ ਗਈ ਸੀ ਚੀਮੇ ਹੋਰਾਂ ਦੇ ਜੀ ਮੈਂ ਕਿਹਾ ਚੀਮਾ ਸਾਹਿਬ ਹੁਣ ਜਿਹੜੀ ਉਮਰ ਚ ਵਿਆਹ ਨਹੀਂ ਕਰਾਉਣਾ ਚਾਹੀਦਾ ਕਰਾ ਰਹੇ ਹਾਂ ਤਾਂ ਆਹੀ ਹੋਊਗਾ ਇਹ ਵੀ ਇੱਕ ਸਬਕ ਹੀ ਆ ਵੀ ਜਿਹੜੀ ਉਮਰ ਚ ਜਿਹੜੀ ਚੀਜ਼ ਕਰਨੀ ਚਾਹੀਦੀ ਓਦੇ ਕਰਨੀ ਚਾਹੀਦੀ ਆ ਅੱਛਾ ਹਮ ਕੋਈ ਪਾਜੀ ਮੈਨੂੰ ਇੱਕ ਚੀਜ਼ ਦੱਸਿਓ ਹਾਂਜੀ ਬੱਬੂ ਮਾਨਹਰੀ ਬੰਦੇ ਕਿਹੋ ਜਿਹਾ ਹੈ ਫਿਲਮ ਤੋਂ ਹਟ ਕੇ ਤੁਸੀਂ ਮਿਲਦੇ ਰਹੇ ਹੋ ਕਿਉਂਕਿ ਮੈਂ ਮੇਰੇ ਅਜ ਤੱਕ ਮੇਰਾ ਕੋਈ ਮਿੱਤਰ ਮੇਰੇ ਨਾਲ ਗੁੱਸੇ ਨਹੀਂ ਹੋਇਆ ਮੈਂ ਅਸੀਂ ਗੁੱਸੇ ਰਹਿੰਨੇ ਆ ਸਾਲ-ਸਾਲ ਦੋ-ਦੋ ਸਾਲ ਤਿੰਨ-ਤਿੰਨ ਸਾਲ ਵੀ ਗੁੱਸੇ ਰਹਿੰਨੇ ਆ ਪਰ ਟੁੱਟੇ ਨਹੀਂ ਕਦੇ ਬੱਬੂ ਮਾਨਹਰੀ ਇਨਸਾਨ ਕਿ ਹੋ ਜਾਇਆ ਕਿਉਂਕਿ ਜਦੋਂ ਉਹਨਾਂ ਦੇ ਗੀਤ ਸੁਣਦੇ ਆ ਵਿੱਚ ਵੱਖ-ਵੱਖ ਭਾਸ਼ਾਮ ਦੇ ਸ਼ਬਦ ਹੁੰਦੀ ਹੈ ਸ਼ਬਦਾਂ ਦੀ ਅਮੀਰੀ ਹੁੰਦੀ ਹੈ ਸਹਿਮਤੀ ਸਹਿਮਤੀ ਕਈ ਗੀਤਾਂ ਦੇ ਨਾਲ ਹੋ ਸਕਦੀ ਹੈ ਉਹ ਬੰਦੇ ਕਿਦਾਂ ਦੇ ਆ ਦੇਖੋ ਬੰਦਾ ਆਪ ਦੇ ਆਪ ਨੂੰ ਨਹੀਂ ਸਮਝ ਪਾਉਂਦਾ ਮੈਂ ਕਿ ਹੋ ਜਾ ਬੰਦਾ ਆਪ ਦੇ ਆਪ ਨੂੰ ਪਾਲਣ ਚ ਗਵਾਚਿਆ ਰਹਿੰਦਾ ਕੋਈ ਕਦੇ ਕਦੇ ਤਾਂ ਮੈਨੂੰ ਸੱਚੀ ਆਪ ਦੇ ਲਈ ਭਲੇਖਾ ਪੈ ਜਾਂਦਾ ਯਾਰ ਮੈਂ ਇੰਨਾ ਗੁੱਸਾ ਕਿਉਂ ਕਰ ਲਿਆ ਯਾਰ ਮੈਂ ਇੰਨਾ ਦੇ ਆਲੂ ਕਿਉਂ ਬਣ ਗਿਆ ਯਾਰ ਮੈਂ ਐਡੀ ਵੱਡੀ ਗੱਲ ਵੀ ਸੋਚ ਸਕਦਾ ਕਦੇ ਕਦੇ ਲੱਗਦਾ ਯਾਰ ਮੈਂ ਐਡੀ ਗਈ ਗੁਜ਼ਰੀ ਗੱਲ ਵੀ ਸੋਚ ਸਕਦਾ ਔਰ ਇਹ ਮੇਰੇ ਨਾਲ ਨਹੀਂ WhatsApp ਤੁਹਾਡੇ ਨਾਲ ਵੀ ਹੁੰਦਾ ਹੋਗਾ ਬੰਦਾ ਆਪ ਦੇ ਆਪ ਨੂੰ ਤਲਾਸ਼ਣ ਚ ਲੱਗਿਆ ਰਹਿੰਦਾ ਰਹੀ ਗੱਲ ਬੱਬੂ ਦੀ ਤਾਂ ਮੈਂ ਪਹਿਲੇ ਨਜ਼ਰੀਏ ਗੱਲ ਕਹਿ ਸਕਦਾ ਕਿ ਬੱਬੂ ਵਧੀਆ ਇਨਸਾਨ ਹੈ ਮੇਰੇ ਨਾਲ ਉਹ ਮਤਲਬ ਇੱਕ ਦੋ ਗੱਲਾਂ ਤਾਂ ਇਹੋ ਜਿਹੀਆਂ ਹੋਈਆਂ ਜਿੱਥੇ ਪੂਰਾ ਨਿਬਿਆ ਜੀ ਔਰ ਸਾਡੇ ਆਪ ਦੀ ਮਤਵੇਦ ਵੀ ਹੋਏ ਹੂੰ ਹੂੰ 2003 ਤੋਂ ਬਾਅਦ ਅਸੀਂ 14 ਸਾਲ ਬੋਲੇ ਹੀ ਨਹੀਂ ਅੱਛਾ 14 ਸਾਲ ਬੋਲੇ ਹੀ ਨਹੀਂ ਤੇ ਨਾ ਨਾ ਇਸ ਲਈ ਕੋ ਕੰਮ ਨਹੀਂ ਕੀਤਾ 17 ਚ ਅਸੀਂ ਦੁਬਾਰਾ ਮਿਲਦੇ ਆਂ ਤੇ ਉਹ ਸਾਰਾ ਗੜੀ ਪਲਾਨ ਕੀਤੀ ਫਿਰ ਸਾਰਾ ਗੜੀ ਹੋ ਨਹੀਂ ਪਾਈ ਕੁਝ ਰੀਜ਼ਨ ਹੋ ਗਏ ਸੀ ਤੇ ਫਿਰ ਆ ਸੋਚਾ ਸੁਰਮਾ ਆ ਗਈ ਤੁਹਾਡੇ ਸਾਹਮਣੇ ਸੋ ਬੰਦਾ ਪਤਾ ਕੀ ਹੁੰਦਾ ਬੰਦੇ ਜੇ کئی ਵਾਰੀ ਬੰਦਾ ਕੁਝ ਹੋਰ ਹੁੰਦਾ ਉਹਦੀ ਪਰਸੈਪਸ਼ਨ ਕੁਝ ਹੋਰ ਹੁੰਦੀ ਹੈ ਜੀ ਔਰ ਇਹ ਜ਼ਿਆਦਾਤਰ ਹੁੰਦਾ ਹੈ ਹਮ इवन ਬੱਚਿਆਂ ਨੂੰ ਆਪਦੇ ਪਿਓ ਬਾਰੇ ਵੀ ਨਹੀਂ ਇੰਨੇ ਡਿਟੇਲ ਚ ਪਤਾ ਹੁੰਦਾ ਕਿਉਂਕਿ ਬੰਦਾ ਇੱਕ ਜਿਵੇਂ ਗੋਰਖ ਧੰਦੇ ਵਾਲੀ ਗੱਲ ਹੈ ਜੀ ਇਹ ਰੱਬ ਨੇ ਇੱਕ ਅਜਿਹੀ ਜ਼ਾਤ ਬਣਾਈ ਹੈ ਜਾਂ ਇਹ ਜੀ ਇੱਕ ਕੀ ਕਹ ਲਓ ਚੀਜ਼ ਬਣਾਈ ਹੈ ਜਿਹਨੂੰ ਖੁਦ ਨਹੀਂ ਪਤਾ ਮੈਂ ਕਿਵੇਂ ਬਿਹੇਵ ਕਰੂੰਗਾ ਹਮ ਸਮ ਟਾਈਮ थोनू सिर्फ इमेजिन है कि मेरे सामने अगर हो गया तो मैं ए करूँगा पर सची मुची हो गया तो तुम कि बिहेव करूंगा यू डोंट नो ईवन बट मैं फिर भी कहूँगा वी कलाकार है अच्छा पूरा नॉलेजेबल और जेन्यूनली टैलेंटड बट थोनू थू की कहना चाहिए टिकलिंग करनी पेगी थू एक्साइटड करना पेगा कि वो उस तरह का काम करे जो थूद चाहिए, है। चाहिए है। मतलब एज ए मेकर मैं फिल्म च चाहिए ए ਹੁਣ ਨਹੀਂ ਨਿਭਣਾ ਪਊਗਾ ਤੇ ਤੁਸੀਂ ਨਿਭੂਗੇ ਤਾਂ ਆਈ ਹੋਪ ਕਿ ਫਿਰ ਉਹ ਵੀ ਨਿਭੂਗਾ ਤੁਹਾਡੇ ਨਾਲ ਅਮ ਤੋ ਇਹ ਮੇਰੀ ਇੱਕ ਹਾਂਜੀ ਕਿਉਂਕਿ ਅਸੀਂ ਕਿਸਾਨੀ ਅੰਦੋਲਨ ਚ ਵੀ ਗਏ ਉਹ ਨਾਲ ਜਾਂਦਾ ਰਿਹਾ ਜੀ ਕੁਝ ਗੱਲਾਂ ਚ ਉਹ ਅੱਜ ਵੀ ਆ ਫਿਲਮ ਦੇ ਡਿਸਪਿਊਟ ਵੇਲੇ ਵੀ ਉਹ ਐਂ ਦੀਵਾਰਾਂ ਖੜਾ ਰਿਹਾ ਮੇਰੇ ਨਾਲ ਤਾਂ ਮੈਂ ਕਹੂੰਗਾ ਇਹ ਗੱਲਾਂ ਸੌਖੀਆਂ ਨਹੀਂ ਹੁੰਦੀਆਂ ਜਦੋਂ ਪੈਂਦੀ ਹੈ ਤਾਂ ਬੰਦੇ ਤੇ ਪਤਾ ਲੱਗਦੀ ਹੈ ਪਰ ਬਾਕੀ ਜਦੋਂ ਬੰਦਾ ਆਪ ਦੇ ਆਪ ਨੂੰ ਨਹੀਂ ਸਮਝ ਸਕਦਾ ਤਾਂ ਭਾਈ ਦੂਜੇ ਨੂੰ ਕਿੰਨਾ ਕੁ ਜਾਣ ਸਕਦਾ ਮੈਂ ਨਹੀਂ ਪੁੱਛਣਾ ਕਿ ਝਗੜਾ ਕਿਉਂ ਹੋਇਆ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਹਵਾਏ ਤੋਂ ਬਾਅਦ ਰੌਲਾ ਪਿਆ ਸੀ ਮੈਂ ਸਿਰਫ ਇਹ ਪੁੱਛਣਾ ਮੇਲੇ ਕਿੱਦਾਂ ਜਣੀ ਢੋ ਮੇਲਾ ਕਿੱਦਾਂ ਬਣਿਆ ਕਿਉਂਕਿ ਸਾਰੀ ਦੁਨੀਆ ਇਹਦੇ ਤੋਂ ਫਾਇਦਾ ਲੈ ਸਕਦੀ ਹੈ ਕਿਸੇ ਤੀਸਰੇ ਬੰਦੇ ਨੇ ਮਲਾਇਆ ਜਾਂ ਕੋਹ ਹੋਰ ਕਹਾਣੀ ਹੋਈ ਜੀ ਸਾਰਾ ਗੜੀ ਬਣਾਉਣ ਲੱਗੇ ਸੀ ਤਾਂ ਜੋ ਪ੍ਰੋਡਿਊਸਰ ਸੀਗੇ ਸੁਮੇਸ਼ ਸਿੰਘ ਜੀ ਉਹਨਾਂ ਨੇ ਬੜੇ ਝਿਜਕਦਿਆਂ ਝਿਜਕਦਿਆਂ ਮੈਨੂੰ ਕਿਹਾ ਜੀ ਬੱਬੂ ਮਾਨ ਨੂੰ ਟਰਾਈ ਕਰੀਏ ਇਸ ਰੋਲ ਲਈ ਹਮ ਹਮ ਤਾਂ ਮੈਂ ਕਿਹ ਇਨੀ ਚਿਚਕਣ ਦੀ ਲੋੜ ਦੇਗੀ ਅਸੀਂ ਕੋਈ ਸਿਰ ਵੱਡਮੀ ਦੁਸ਼ਮਣੀ ਨਹੀਂ ਕੀਤੀ ਸਾਡੀ ਅਸੀਂ ਵਿਚ ਵਿਚਾਲੇ ਇੱਕ ਦੋ ਵਾਰੀ ਮਿਲੇ ਵੀ ਆ ਤਾਂ ਉਦੋਂ ਵੀ ਹੱਥ ਮਿਲਾ ਕੇ ਜੱਫੀ ਪਾ ਕੇ ਮਿਲੇ ਆ ਹਮ ਜੋ ਕੋਈ ਮਸਲਾ ਨਹੀਂ ਪਰ ਮੈਨੂੰ ਸੁਮੇਤ ਜੀ ਤੁਹਾਡਾ ਆਈਡੀਆ ਅੱਛਾ ਲੱਗ ਰਿਹਾ ਕਿ ਈਸ਼ਰ ਸਿੰਘ ਦੇ ਰੋਲ ਲਈ ਉਹ ਸੂਟੇਬਲ ਨੇਮ ਹੈ ਜੀ ਉਹ ਉਹ ਇੱਕ ਅਜੇਹਾ ਰੋਲ ਹੈ ਜਦੋਂ ਮੈਂ ਉਹ ਤੋਂ ਕਰਾਉਂਗਾ ਨਾ ਤਾਂ ਇੱਕ ਕਮਾਲ ਲੱਗੂਗਾ ਹਮ ਫਿਰ ਉਹਨਾਂ ਨੇ ਆਈਸ ਬ੍ਰੇਕ ਕੀਤੀ ਮਿਲੇ ਫਿਰ ਅਸੀਂ ਆਪ ਹੀ ਦੋਨੋਂ ਔਰ ਇੱਥੇ ਕੀਆ ਕਿਹੜਾ ਹੋਟਲ ਹੈ ਪ੍ਰਾਣਾ ਮਾਉਂਟ 뷰 ਜੀ ਪਹਿਲੀ ਵਾਰੀ ਚੰਡੀਗੜ੍ਹ ਤੇ ਬਸ ਫਿਰ ਮਿਲਦੇ ਗਏ ਤਾਂ ਉਹ ਪੁਰਾਣੀਆਂ ਗੱਲਾਂ ਚਿਕਵੇ ਦੂਰ ਹੋ ਜਾਂਦੇ ਆ ਦੂਰ ਹੋ ਜਾਂਦੇ ਆ ਨਵੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਆ ਬਸ ਫਿਰ ਅਸੀਂ ਮਿਲਦੇ ਰਹੇ ਬਸ ਉਸ ਤੋਂ ਬਾਅਦ ਉਹ ਫਿਲਮ ਫਿਰ ਸੁੱਚਾ ਸੂਰਮਾ ਆ ਗਈ ਇੱਕ ਨਾ ਹੋਰ ਬੜਾ ਵਹਿਮ ਹੋ ਜਾਂਦਾ ਲੋਕਾਂ ਨੂੰ ਕਿ ਸ਼ਾਇਦ ਅਸੀਂ ਹਰ ਦੂਜੇ ਦਿਨ ਹੀ ਮਿਲਦੇ ਆ ਇਹ ਜਾਂ ਕੁਝ ਨਹੀਂਗਾ ਉਹ ਵੀ ਸਾਨੂੰ ਜਦ ਕਿ ਫਿਲਮ ਇੰਨੀ ਨੇੜੇ ਆ ਗਈ ਹੈ ਮੈਂ ਡਬਿੰਗ ਤੇ ਮਿਲੇ ਆ ਸੀ ਸਿਰਫ ਜੀ ਜੀ ਜਦੋਂ ਆਸਟ੍ਰੇਲੀਆ ਗਿਆ ਸੀ ਉਸ ਤੋਂ ਪਹਿਲਾਂ ਉਦੋਂ ਬਾਅਦ ਅਸੀਂ ਮਿਲੀ ਨਹੀਂ ਪਾਏ ਹਲਤੀ ਮਿਲੀ ਨਹੀਂ ਪਾਏ ਤੇ ਇਹ ਵੀ ਨਹੀਂ ਕਿ ਹਰ ਰੋਜ਼ ਮਿਲ ਗਏ ਕੋਈ ਹਰ ਗੱਲ ਸਾਂਝੀ ਹੋਵੇ ਨਹੀਂ ਉਹਦੀ ਆਪਦੀ ਜ਼ਿੰਦਗੀ ਹੈ ਮੇਰੀ ਆਪਦੀ ਜ਼ਿੰਦਗੀ ਹੈ ਹਮ ਤੋ ਜੀ ਭਾਜੀ ਥੋੜਾ ਸਫਰ ਬੜਾ ਲੰਬਾ ਦਲੀਪ ਕੁਮਾਰ ਹੋਰਾਂ ਦੀ ਗੱਲ ਤੁਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਦੱਸੀ ਸੀ ਕਿ ਉਹਨਾਂ ਨੇ ਤੁਹਾਨੂੰ ਫਿਲਮ ਦੇ ਵਿੱਚ ਲਿਆ ਫਿਲਮ ਬਣਨੀ ਸ਼ੁਰੂ ਹੋਈ ਫਿਲਮ ਤਕਰੀਬਨ ਬਣ ਗਈ ਜਿੱਦਾਂ ਵਿਆਹ ਵਾਲਾ ਮੁੰਡਾ ਸਾਰਾ ਹੀ ਸਜ ਗਿਆ ਕਲਗੀ ਲਾਉਣ ਵਾਲੀ ਰਹਿ ਜਾਂਦੀ ਨੇ ਕਿਉਂਕਿ ਉਹ ਕਿਸੇ ਨੇ ਲਾਉਣੀ ਹੁੰਦੀ ਇੰਨਾ ਕੰਮ ਮੁਕੰਮਲ ਹੋ ਗਿਆ ਉਹਦੇ ਤੋਂ ਬਾਅਦ ਕਈ ਹੋਰ ਵੱਡੇ ਬੈਨਰ ਦੀਆਂ ਫਿਲਮਾਂ ਫਿਰ ਕਿਉਂਕਿ ਉਹ ਫਿਲਮ ਤਾਂ ਨਹੀਂ ਰਿਲੀਜ਼ ਹੋ ਸਕੀ ਕਿਉਂਕਿ ਬਣਾਉਣ ਵਾਲਿਆਂ ਦੀ ਲੜਾਈ ਸੀ ਇਹ ਹੁਣ ਜਿਹੜੀ ਫਿਲਮ 2019 ਦੀ ਚਾਲੂ ਹੋਈ ਤੇ 2024 ਵਿੱਚ ਇਹਨੂੰ 5 ਸਾਲ ਲੱਗ ਗਏ ਬਣਦੇ ਨੂੰ ਸਾਨੂੰ ਉੜਦੀ ਉੜਦੀ ਖਬਰ ਮਿਲੀ ਸੀ ਕਿ ਪਈ ਇਹਦੇ ਵਿੱਚ ਕੋਈ ਝਗੜੇ ਝੋੜੇ ਪੈਦਾ ਹੋਏ ਹੈ ਜਣੀ ਇਹ ਤੁਹਾਡੇ ਨਾਲ ਜੁੜੇ ਹੋਏ ਕਿਸੇ ਤੁਸੀਂ ਥੋੜਾ ਜਿਹਾ ਖੋਲ ਕੇ ਦੱਸਿਓ ਇਹ ਡੈਸਟਿਨੀ ਮੇਰੇ ਨਾਲ ਦੁਬਾਰਾ ਹੋਈ ਸੀਗੀ ਜੀ ਉਸ ਫਿਲਮ ਨਾਲ ਕੀ ਕੀ ਨੁਕਸਾਨ ਹੋਇਆ ਤੁਸੀਂ ਵਕੀਫ ਹੋ ਪਹਿਲਾਂ ਵੀ ਤੁਹਾਡੇ ਪ੍ਰੋਗਰਾਮ ਚ ਵੀ ਦੱਸ ਚੁੱਕਿਆ ਇਹ 19 ਚ ਮਸਲਾ ਸ਼ੁਰੂ ਹੋਇਆ ਸਾਡਾ ਬੜੇ ਅੱਛੇ ਦੋਸਤ ਮੇਰੇ ਸੁਮੇਸ਼ ਸਿੰਘ ਸੀਗੇ ਫਿਰ ਮੇਰੇ ਤੇ ਉਹਨਾਂ ਦੇ ਵਿੱਚ ਕੁਝ ਗੜਬੜ ਹੋਈ ਔਰ ਉਹ ਦੂਰੀਆਂ ਵਧੀਆਂ ਔਰ ਕਦੇ-ਕਦੇ ਕੀ ਹੁੰਦਾ ਨਾ ਉਹ ਦੂਰੀਆਂ ਦੇ ਵਿੱਚ ਕੁਝ ਹੋਰ ਲੋਕ ਵੀ ਸ਼ਾਮਲ ਹੋ ਜਾਂਦੇ ਨੇ ਜਿਹੜੇ ਉਹਦੇ ਕੋਲੇ ਕੁਝ ਮੇਰੇ ਕੋਲੇ ਕੁਝ ਅਜੀਬ-ਅਜੀਬ ਜੀਆਂ ਖਬਰਾਂ ਪਹੁੰਚਦੀਆਂ ਨੇ ਤੇ ਉਹ ਵਾਧੀਆਂ ਗਈਆਂ ਫਿਰ بڑے ਲੋਕ ਆਏ ਵਿੱਚ ਬਟ ਫਾਈਨਲੀ ਹੁਣ ਬੱਬੂ ਗੁਰੂ ਰੰਦਾਵਾ ਤੇ ਗੁਰਪ੍ਰੀਤ ਜੀ ਇਹਨਾਂ ਤਿੰਨਾਂ ਨੇ ਉਹ ਆਈਸ ਬ੍ਰੇਕ ਕੀਤੀ ਤੇ ਫਿਰ ਅਸੀਂ ਇੱਕ ਸਮਝੌਤੇ ਦੇ ਤਹਿਤ ਕਿ ਯਾਰ ਬਾਕੀ ਗਲੇਸ਼ਿਕ ਵੇਖ ਲਾਂਗੇ ਦੂਰ ਹੋਏ ਹੋਏ ਨਹੀਂ ਤਾਂ ਉਹਨੂੰ ਦੂਜੋ ਵੀ ਨਿਭਲਾਂਗੇ ਹੂੰ ਜਿਵੇਂ ਆਪਾਂ ਨਿਬੰਨੂ ਫਿਰਦੇ ਆ ਇੱਕ ਦੁੱਝੇ ਨਾਲ ਕਮ ਸੇ ਕਮ ਫਿਲਮ ਦੇ ਮਾਮਲੇ ਚ ਸਹਿਮਤ ਹੋ ਜਿਏ ਕਿ ਇੱਕ ਬਹੁਤ ਅੱਛਾ ਪ੍ਰੋਡਕਟ ਆ ਇਹ ਪਹਿਲੇ ਦਿਨ ਤੋਂ ਲੋਕਾਂ ਨੂੰ ਪਤਾ ਲੱਗ ਗਿਆ ਸ਼ੂਟ ਦੇ ਦੌਰਾਨ ਹੀ ਕਿ ਬਾ ਕਮਾਲ ਫਿਲਮ ਬਣੀ ਹੋਈ ਐ ਲੇਕਿਨ ਇਹ ਰੁਕੀ ਹੋਈ ਐ ਬਿਕਾਜ਼ ਆਫ ਪ੍ਰੋਡਿਊਸਰ অর ਡਾਇਰੈਕਟਰ ਦੀ ਪ੍ਰੋਬਲਮ ਐ ਸੋ ਉਸ ਨੂੰ ਫਾਈਨਲੀ ਅਸੀਂ ਆਪਦੀਆਂ ਆਪਦੀਆਂ ਥੋਟੀਆਂ ਛੋਟੀਆਂ ਚੀਜ਼ਾਂ ਨੂੰ ਮੈਂ ਵੀ ਆਪਦੀਆਂ ਨੂੰ ਛੱਡਿਆ ਉਹਨਾਂ ਨੇ ਵੀ ਛੱਡਿਆ ਤੇ ਅਸੀਂ ਇੱਕ ਜਗ੍ਹਾ ਤੇ ਪਹੁੰਚੇ ਕਿ ਇੰਨਾ ਸ਼ਰਤਾਂ ਨਾਲ ਅੱਪਰ ਫਿਲਮ ਨੂੰ ਰਿਲੀਜ਼ ਕਰੀਏ। ਔਰ ਉਹਦਾ ਸਾਰਾ ਕ੍ਰੀਏਟਿਵ ਕੰਮ ਮੈਂ ਹੀ ਕਰਨਾ ਸੀ ਮੈਂ ਕਰ ਰਿਹਾ ਔਰ ਮਾਰਕੀਟਿੰਗ ਦਾ ਕੰਮ ਉਹਨਾਂ ਨੇ ਹੀ ਕਰਨਾ ਸੀ ਉਹ ਹੀ ਕਰ ਰਹੇ ਨੇ। ਸੋ ਉਸ ਲਿਹਾਜ਼ਦਾਰੀ ਨਾਲੇ ਤਿੰਨ ਬੰਦੇ ਉਹਦੇ ਵਿੱਚ ਮੁਨਸਿਫ ਕਹਿ ਲੋ ਜਾਂ ਉਹ ਧਿਰ ਬਣੇ ਜਿਨ੍ਹਾਂ ਨੇ ਇਹ ਸਾਰੇ ਮਸਲੇ ਆਪਦੇ ਤੇ ਝੱਲੇ ਗੁਰਪ੍ਰੀਤ ਗੁਰੂ ਰੰਦਾਵਾ ਤੇ ਬੱਬੂ ਮਾਨ ਸਭ ਤੋਂ ਜ਼ਿਆਦਾ ਗਾਲਾਂ ਵਿਚਾਰੇ ਗੁਰਪ੍ਰੀਤ ਨੂੰ ਪੈਂਦੀਆਂ ਆ ਰਹੀਆਂ ਤੇ ਪਹਿਨਗੀਆਂ ਵੀ ਅੱਗੇ ਉਹ ਮੁੰਡਾ ਡਾਇਲੌਗ ਲਿਖ ਰਿਹਾ ਹੈ ਫਿਲਮ ਦੇ ਤੇ ਫਾਈਨਲੀ ਖੈਰੇਸਥਾਨ ਤੇ ਪਹੁੰਚੇ ਕਿ ਫਿਲਮ ਇੱਕ ਅੱਛਾ ਪ੍ਰੋਡਕਟ ਬਣਿਆ ਹੋਇਆ ਇਹਨੂੰ ਰਿਲੀਜ਼ ਕੀਤਾ ਜਾਵੇ ਇਹ 5 ਸਾਲ ਉਸ ਕੰਮ ਵਿੱਚ ਝਿਲਾਂਗੇ ਹਾਂ ਵਿੱਚ ਕੋਵਿਡ ਆ ਗਿਆ ਕੁਝ ਹੋਰ ਹਾਲਾਤ ਕ੍ਰੀਏਟ ਹੁੰਦੇ ਰਹੇ ਕੁਝ ਉਹਨਾਂ ਰੀਜ਼ਨਾਂ ਕਰਕੇ ਵੀ ਹੋਇਆ ਬਟ ਮੈਨੂੰ ਲੱਗਦਾ WhatsApp ਨੇਚਰ ਨਾ ਕਿਸੇ ਵੀ ਪ੍ਰੋਡਕਟ ਦਾ ਇੱਕ ਸਮਾਂ ਤੈਅ ਕਰਦੀ ਹੈ ਇਹ ਉਦੋਂ ਆਊਗਾ ਇਹ ਡੈਸਟਨ ਹੈ ਇਹ ਇਫੈਕਸ ਜੀ ਜਿਵੇਂ ਮੈਂ ਮੰਨਦਾ ਕਿ ਜਬਜੀ ਸਾਹਿਬ ਚ ਸਾਰਾ ਕੁਝ ਹੁਕਮ ਤਾ ਹੁਕਮੀ ਲਿਖ ਦੁਖ ਸੁਖ ਪਾਇਓ ਦੁੱਖ ਔਰ ਸੁਖ ਵੀ ਬੰਦੇ ਦਾ ਹੁਕਮ ਚ ਲਿਖਿਆ ਹੋਇਆ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਫਿਕਸ ਹੁੰਦੀਆਂ ਨੇ ਇਹ ਇਹ ਚੀਜ਼ ਉਦੋਂ ਸ਼ੁਰੂ ਹੋਈਆ ਪਰ ਇਹਦਾ ਫਾਈਨਲ ਜਿਹੜਾ ਕੰਮ ਹੋਣਾ ਹੈ ਇਹ ਐਸ ਡੇਟ ਨੂੰ ਹੀ ਹੋਣਾ ਹੈ ਜੀ ਸੋ ਵਜਾ ਅਸੀਂ ਬਣੇ ਦੋਨੇ ਬਟ ਇਹ ਰੀਜ਼ਨ ਹੋਇਆ ਬਟ ਇੱਕ ਥੈਂਕ ਗੋਡ ਮੈਂ ਕਹੂੰਗਾ ਤੁਹਾਨੂੰ ਰੋਕ ਕੇ ਗੱਲ ਨੂੰ ਜੀ ਕਿ ਫਿਲਮ 5 ਸਾਲ ਪਹਿਲਾਂ ਬਣੀ ਸੀ ਅੱਜ ਵੀ ਟੈਕਨੀਕਲੀ ਮਤਲਬ ਤੁਸੀਂ ਕਹਿ ਲਓ ਕਿਤੇ ਐਡਵਾਂਸ ਲੱਗ ਰਹੀ ਹੈ ਕਿਸੇ ਮਾਮਲੇ 'ਚ ਕੋਈ ਵੀ ਚੀਜ਼ ਐ ਲੱਗ ਰਹੀ ਹੈ ਕਿ ਬਾਕਮਾਲਾ ਔਰ ਅੱਜ ਦੇ ਸਿਨੇਮੇ ਤੋਂ ਵੀ ਕਿਤੇ ਬੈਟਰ ਹੈ ਇਹ ਤੁਸੀਂ ਕਹਿ ਲਓ ਉਹਦੀ ਉੱਪਰ ਵਾਲੀ ਦੀ ਕਿਰਪਾ ਸੀ ਕਿ ਅਸੀਂ ਇਹਦੂੰ ਉਦੋਂ ਇਸ ਲੈਵਲ ਤੇ ਸ਼ੂਟ ਕੀਤਾ ਸੀਗਾ ਔਰ ਸੈਕੰਡ హిస్టారికల్లీ सब्जेक्ट ਸੀਗਾ ਉਹ ਤਾਂ ਪੁਰਾਣਾ ਹੋ ਹੀ ਨਹੀਂ ਸਕਦਾ ਸੀ ਜੀ ਜੀ ਅ ਅਮਿਤੋਜ ਪਾ ਜੀ ਮੈਨੂੰ ਇੱਕ ਚੀਜ਼ ਹੋਰ ਥੋੜੀ ਜੀ ਦੱਸਿਓ ਕਿਉਂਕਿ ਤੁਹਾਡਾ ਥੀਏਟਰ ਨਾਲ ਵਾਸਤਾ ਬਹੁਤ ਰਿਹਾ ਕਿਉਂਕਿ ਤੁਸੀਂ ਚੰਡੀਗੜ੍ਹ ਤਾਂ ਜ਼ਿਆਦਾ ਸਮਾਂ ਪੰਜਾਬ ਦੇ ਵਿੱਚ ਤਾਂ ਹੁਣ ਬਤਾਉਣ ਲੱਗੇ ਹੋ ਬੰਬੇ ਦੇ ਵਿੱਚ ਵੱਡੇ ਲੋਕਾਂ ਦੇ ਨਾਲ ਹੀ ਤੁਸੀਂ ਸਮਾਂ ਬਤਾਇਆ ਪੰਜਾਬ ਦੇ ਵਿੱਚ ਕਿਉਂਕਿ ਮੈਨੂੰ ਵੀ ਯੂਨੀਵਰਸਿਟੀ ਪੜ੍ਹਨ ਦਾ ਮੌਕਾ ਮਿਲਿਆ ਥੀਏਟਰ ਡਿਪਾਰਟਮੈਂਟ ਕੋਲ ਹੁੰਦਾ ਸੀ ਥੀਏਟਰ ਵਾਲਿਆਂ ਦੇ ਵਿੱਚ ਕਿੰਨੀ ਕਲਾ ਹੁੰਦੀ ਹੈ ਕਦੇ-ਕਦੇ ਲੱਗਦਾ ਹੁੰਦਾ ਕਿ ਥੀਏਟਰ ਵਾਲੇ ਬੰਦਿਆਂ ਨੂੰ ਮੌਕਾ ਪੰਜਾਬੀ ਫਿਲਮਾਂ ਦੇ ਵਿੱਚ ਘੱਟ ਮਿਲਦਾ ਜੇ ਮਿਲੇ ਤਤਵਾ ਨੂੰ ਵੀ ਆਸਾਨੀ ਹੋ ਜੂ ਬਣਾਉਣ ਵਾਲਿਆਂ ਨੂੰ ਤੇ ਪੰਜਾਬੀ ਫਿਲਮਾਂ ਦਾ ਮਿਆਰ ਵੀ ਉੱਪਰ ਚੁੱਕਿਆ ਜਾ ਸਕਦਾ ਕਦੇ-ਕਦੇ ਲੱਗਦਾ ਜੇ ਮੈਂ ਗਲਤ ਹੋ ਮਤਾਂ ਵੀ ਕੋਈ ਨਹੀਂ ਬਹੁਤ ਸਾਰੇ ਬੰਦੇ ਥੀਏਟਰ ਦੇ ਹੀ ਨੇ ਇਸ ਫਿਲਮ ਦੇ ਵਿੱਚ ਜੀ ਮੈਂ ਇਸੇ ਕਰਕੇ ਓਵਰਆਲ ਗੱਲ ਕੀਤੀ ਜੀ ਹਾਂ ਹਾਂਜੀ ਨਹੀਂ ਨਹੀਂ ਮੈਂ ਸਹੀ ਕਹਾਂ ਤੁਹਾਡੀ ਗੱਲ ਮੈਂ ਬਿਲਕੁਲ ਸਮਝ ਰਿਹਾ ਹਾਂ ਜ਼ਿਆਦਾਤਰ ਕੈਰੈਕਟਰ ਆਰਟਿਸਟ ਹੈ ਜਿਹੜੇ ਉਹ ਸਾਰੇ ਥੀਏਟਰ ਨਾਲ ਸਬੰਧਤ ਨੇ ਪਰ ਛੋਟੀ ਗੱਲ ਇੱਕ ਥਾਂ ਤੇ ਜਾਇਜ਼ ਹੈ ਕਿ ਸਾਡਾ ਮੇਨ ਲੀਡ ਕਿਉਂ ਨਹੀਂ ਥੀਏਟਰ ਦਾ ਮੁੰਡਾ ਹੋ ਸਕਦਾ ਜਾਂ ਮੈਂ ਆਪਣਾ ਕੁਕਰ ਵੀ ਸ਼ਾ ਥੀਏਟਰ ਨਾਲ ਜੁੜਿਆਈ ਜਾਂ ਉੱਥੇ ਇਹ ਚੀਜ਼ ਵੀ ਤੁਸੀਂ ਬਲੀਵ ਕਰਿਓ ਜੇ 90 ਤੋਂ ਬਾਅਦ ਕਲਾ ਨਸੀਰਉਦੀਨ ਸ਼ਾ ਔਰ ਓਮਪੁਰੀ ਕੁਝ ਕੈਸੈਪਸ਼ਨਲ ਨਾਮ ਛੱਡ ਦਿਓ ਬਾਲੀਵੁੱਡ ਜਾਂ ਬੰਬੇ ਹਿੰਦੀ ਫਿਲਮ ਇੰਡਸਟਰੀ ਚ ਵੀ ਇਹ ਬਹੁਤ ਲੀਟਰ ਸਟੇਜ ਤੇ ਸ਼ੁਰੂ ਹੋਇਆ ਔਰ ਹੁਣ ਭਰਪੂਰ ਤਰੀਕੇ ਨਾਲ ਚੱਲ ਰਿਹਾ ਹੈ ਜੀ సినెమే ਨੂੰ ਨਾ ਬਾਟ ਸਭ ਮਚਿਓਰ ਹੁੰਦਿਆਂ ਟਾਈਮ ਲੱਗਦਾ ਹੈ ਠੀਕ ਹੈ ਜੀ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਸੀ ਕਿ ਫਿਲਮ ਕੈਮਰੇ ਦੇ ਪਿੱਛੇ ਵਾਲਿਆਂ ਦੀ ਹੁੰਦੀ ਹੈ ਅੱਗੇ ਵਾਲਿਆਂ ਦੀ ਨਹੀਂ ਹਮਮ ਕੰਟਰੀਬਿਊਸ਼ਨ ਨੋ ਡਾਊਟ ਸਾਰਿਆਂ ਦਾ ਹੈ ਔਰ ਉਹਦੇ ਨਾਲ ਹੀ ਇੱਕ ਫਿਲਮ ਬਣਦੀ ਹੈ ਬਟ ਜ਼ਿਆਦਾ ਕੰਟਰੀਬਿਊਸ਼ਨ ਪਿੱਛੇ ਵਾਲਿਆਂ ਦੀ ਹੁੰਦੀ ਹੈ ਪਰ ਇਹ ਆਮ ਲੋਕ ਹਜੇ ਵੀ ਮੰਨਣ ਨੂੰ ਤਿਆਰ ਨਹੀਂਗੇ ਸੋ ਇਹਨੂੰ ਮਚਿਓਰ ਹੋਣਾ ਕਹਿੰਦੇ ਐ ਸਿਨੇਮੇ ਦਾ ਜੀ ਜਦੋਂ ਇਹ ਪੂਰਾ ਮਚਿਓਰ ਹੋ ਜਾਂਦਾ ਨਾ ਫਿਰ ਸਾਡੀ ਪ੍ਰੈਫਰੈਂਸ ਨਾਮ ਨਹੀਂ ਕੰਮ ਰਹਿ ਜਾਂਦੀ ਹੈ ਫਿਰ ਅਸੀਂ ਨਾਮ ਵਾਲ ਨਹੀਂ ਜਾਂਦੇ ਕੰਮ ਵਾਲ ਲੈ ਜਾਂਦੇ ਆ ਕਿ ਜਿਹੜਾ ਬੰਦਾ ਆਪਦੇ ਕੰਮ ਦਾ ਮਾਹਿਰ ਹੈ ਉਸ ਨੂੰ ਲਿਆ ਜਾਵੇ ਜੀ ਜਦੋਂ ਇਹ ਸਥਿਤੀ ਆ ਜਾਂਦੀ ਹੈ ਉਦੋਂ ਸਿਨੇਮੇ ਦਾ ਮਿਆਰ ਬਹੁਤ ਉੱਠ ਜਾਂਦਾ ਰਹੀ ਗੱਲ ਸਿੰਗਰਾਂ ਦੇ ਹੀਰੋ ਬਣ ਦੀ ਇਹਨਾਂ ਚੋਂ ਬਹੁਤ ਸਾਰੇ ਮੁੰਡੇ ਨੇ ਜੋ ਵਧੀਆ ਕੰਮ ਵੀ ਕਰ ਰਹੇ ਨੇ ਸੋ ਜਿਵੇਂ ਅਸੀਂ ਇਹ ਕਹਿੰਦੇ ਆ ਕਿ ਹਰ ਸਿੰਗਰ ਹੀਰੋ ਨਹੀਂ ਹੋ ਸਕਦਾ ਉਸੇ ਤਰ੍ਹਾਂ ਸੀ ਇਹ ਵੀ ਕਹਿਣਾ ਚਾਹੀਦਾ ਸਾਨੂੰ ਕਿ ਸਿੰਗਰ ਹੀਰੋ ਕਿਉਂ ਨਹੀਂ ਹੋ ਸਕਦਾ ਜੇ ਉਹ ਚੰਗਾ ਹੈ ਜੀ ਜੀ ਹੁਣ ਮੈਂ ਤੁਹਾਨੂੰ ਅਣਾ ਇਸ ਫਿਲਮ ਚ ਬੱਬੂ ਨੇ ਜਿਵੇਂ ਕੰਮ ਕੀਤਾ ਤੁਹਾਨੂੰ ਲੱਗਣਾ ਹੀ ਨਹੀਂ ਕੋਈ ਲੋਕ ਇਹਨੂੰ ਕਹਿ ਨਹੀਂ ਸਕਦਾ ਕਿ ਇਹ ਐਕਟਰ ਨਹੀਂਗਾ ਜੀ ਜੀ ਜਿੰਨੇ ਕਰੈਕਟਰਾਂ ਦਾ ਮੈਂ ਜ਼ਿਕਰ ਕੀਤਾ ਜੇ ਤੁਹਾਨੂੰ ਉਹ ਨਾਂ ਲੱਗਣ ਜੋ ਬਣਾਇਆ ਗਿਆ ਉਹਨਾਂ ਤਾਂ ਕਹਦੇ ਹੋ ਜੀ ਹਮ ਹਨਾ ਇਹ ਔਖਾ ਹੁੰਦਾ ਬਟ ਸਭ ਤੋਂ ਪਹਿਲਾਂ ਇਸ ਮਾਮਲੇ ਚ ਮੈਨੂੰ ਲੱਗਦਾ ਇਹਦੇ ਮਾਮਲੇ ਜੋ ਤੁਸੀਂ ਗੱਲ ਪੁੱਛੀ ਸੀ ਪ੍ਰੋਡਿਊਸਰ ਨੂੰ ਸਪੈਸ਼ਲੀ ਡਾਇਰੈਕਟਰ ਨੂੰ ਵੀ ਬਲਕਿ ਦੋਨਾਂ ਨੂੰ ਹੀ ਇਨੀਸ਼ੀਏਟਿਵ ਲੈਣਾ ਪਊਗਾ ਜੀ ਇਨੀਸ਼ੀਏਟਿਵ ਚੰਗੇ ਐਕਟਰਾਂ ਨੂੰ ਸਾਹਮਣੇ ਲਿਆਉਂਦਾ ਔਰ ਜਦੋਂ ਅਸੀਂ ਲੈ ਆਏ ਮੈਂ ਤੁਹਾਨੂੰ ਲਿਖ ਕੇ ਦਿੰਨਾ ਕਿ ਸਾਡੀ ਫਿਲਮਾਂ ਦਾ ਮਿਆਰ ਥੋੜਾ ਜਿਹਾ ਹੋਰ ਉਚਾਊ ਹੋ ਜਾਊਗਾ ਠੀਕ ਹੈ ਜੀ ਅਮਿਤੋਜ ਪਾਜੀ ਮੈਨੂੰ ਇੱਕ ਚੀਜ਼ ਹੋਰ ਥੋੜੀ ਜਿਹੀ ਦੱਸਿਓ ਕਿ ਬੱਬੂ ਮਾਨ ਹੋਰਾਂ ਦਾ ਜ਼ਿਕਰ ਹੋਇਆ ਸਰਜੀਤ ਚੀਮਾ ਹੋਰਾਂ ਦਾ ਜ਼ਿਕਰ ਹੋਇਆ ਜਿੰਨੀਆਂ ਅ ਅਦਾਕਾਰ ਕੁੜੀਆਂ ਨੇ ਇਹਦੇ ਵਿੱਚ ਕੰਮ ਕੀਤਾ ਜਾਂ ਬਾਕੀ ਜਿਹੜੇ ਕਿਉਂਕਿ ਕਦੇ-ਕਦੇ ਛੋਟਾ ਕਿਰਦਾਰ ਵੀ ਹੋਵੇ ਨਾ ਥੋੜੇ ਮਿੰਟਾਂ ਦਾ ਉਹ ਛਾਪ ਛੱਡਦਾ ਸਾਰੇ ਬਿਲਕੁਲ ਥੋੜੇ ਮਿਆਰਾਂ ਦੇ ਉੱਤੇ ਖਰੇ ਉੱtre ਕਦੇ ਕਿਸੇ ਨੂੰ ਦਬਕਾ ਦੋਕਾ ਵੀ ਮਾਰਨਾ ਪਿਆ ਕਦੇ ਥਾਪੀ ਥੂਪੀ ਵੀ ਦੇਣੀ ਉਹ ਕਿ ਦਬਕੇ ਮਾਰਦੇ ਹੁੰਨੇ ਆ ਗਲਤੀ ਤੇ ਨਹੀਂ ਮੈਂ ਦਬਕੇ ਤਾਂ ਬਹੁਤ ਮਾਰਦਾ ਹਾਂ ਬਲਕਿ ਜ਼ਿਆਦਾ ਮਾਰਦਿੰਨਾ ਕਿ ਯਾਰੀ ਮੈਨੂੰ ਵੀ ਲੱਗਦਾ ਕਿ ਯਾਰ ਇੰਨੇ ਦਬਕੇ ਨਹੀਂ ਮਾਰਨੇ ਚਾਹੀਏ ਜੀ ਥਾਪੀ ਵੀ ਦੇ ਦਈ ਹੈ ਜਿਵੇਂ ਕੁੱਕਰ ਸੀਗਾ ਹੂੰ ਕੁੱਕਰ ਬਹੁਤ ਵਧੀਆ ਐਕਟ ਕੀਤਾ ਉਹਨੇ ਪੂਰੀ ਫਿਲਮ ਚ ਕਮਾਲ ਦਾ ਔਰ ਮੈਨੂੰ ਉਹ ਤੋਂ ਉਮੀਦ ਵੀ ਸੀ ਹਮ ਇੱਕ ਬਲਵੀਰੋਂ ਨੂੰ ਤੱਕਣੀ ਸੀ ਉਹਦੀ ਤਾਂ ਮੈਂ ਉਹਦਾ ਸ਼ਾਟ ਲੈਣ ਲੱਗ ਗਿਆ ਮੈਂ ਕਿਹਾ ਯਾਰ ਗੱਲ ਨਹੀਂ ਬਣੀ ਹਮ ਦੋ ਤਿੰਨ ਵਾਰੀ ਕਿਹਾ ਮੈਂ ਕਿਹਾ ਕੁੱਕਰ ਜਾ ਨਹੀਂ ਬਣਨੀ ਉਹ ਵਿਚਾਰਾ ਬੜਾ ਅਫਸਰਟ ਕੇ ਭਾਈ ਜੀ ਨੇ ਬੜੀ ਬੁਰੀ ਤਰ੍ਹਾਂ ਨਾਲ ਕਿਹਾ ਬਸ ਕਿਹਾ ਨਹੀਂ ਸੀ ਬੁਰੀ ਤਰ੍ਹਾਂ ਨਾਲ ਬਸ ਮੈਂ ਉਹੀ ਕਹਤਾ ਸੀ ਉਹਨੂੰ ਲੱਗਿਆ ਅਗਲੇ ਦਿਨ ਉਹ ਆਇਆ ਪਹਿਲਾ ਸ਼ਾਟ ਲਾਇਆ ਬਹੁਤ ਵਧੀਆ ਹੋਇਆ ਤੇ ਮੈਂ ਕਹਿਣਾ ਭੁੱਲ ਗਿਆ ਕਿ ਬਹੁਤ ਅੱਛਾ ਹੈ ਜਿਵੇਂ ਹੀ ਹੋਇਆ ਮੈਂ ਅਗਲੇ ਪਾਸੇ ਨੂੰ ਤੁਰ ਗਿਆ ਕਿ ਮੈਂ ਦੂਜਾ ਸ਼ਾਟ ਲਵਾ ਲਾਂ ਜੀ ਉਹ ਪਿੱਛੇ ਦੂਜੇ ਨੂੰ ਪੁੱਛੇ ਗੁਰਪ੍ਰੀਤ ਨੂੰ ਕਵੇ ਭਾਜੀ ਨੂੰ ਮਤਲਬ ਸਹੀ ਨਹੀਂ ਲੱਗਿਆ ਕੀ ਗੱਲ ਹੋ ਗਈ ਐ ਫਿਰ ਮੈਨੂੰ ਯਾਦ ਆਇਆ ਮੈਂ ਮੁੜ ਕੇ ਗਿਆ ਮੈਂ ਕਹਾ ਬਹੁਤ ਸੋਹਣਾ ਕੀਤਾ ਜੀ ਜੋ ਮੈਂ ਸੋਚਿਆ ਸੀ ਜੋ ਮੈਂ ਸੋਚਿਆ ਸੀ ਉਹ ਤੋਂ ਵੱਧ ਕੇ ਕੀਤਾ ਜੀ ਫਿਰ ਮਸਲਾ ਆ ਜਾਂਦਾ ਸੀਗਾ ਮੈਂ ਤੁਹਾਨੂੰ ਦੱਸਦਾ ਸਪੈਸ਼ਲੀ ਬਲਵੀਰੋ ਦਾ ਹੂੰ ਹੂੰ ਬਲਵੀਰੋ ਕੁੜੀ ਸਮੀਖਿਆ ਜਦੋਂ ਆਈ ਅਸੀਂ ਕਾਫੀ ਕੁੜੀਆਂ ਦੇਖੀਆਂ ਸੀ ਉਹ ਚੋ ਸਿਲੈਕਟ ਕਰ ਰਹੇ ਸੀ ਕਿਨੂੰ ਕਿਨੂੰ ਲਈਏ ਤਾਂ ਪ੍ਰੋਡਿਊਸਰ ਨੇ ਫਾਈਨਲੀ ਇਹ ਇਸ ਕੁੜੀ ਨੂੰ ਉੱਥੇ ਬੁਲਾ ਲਿਆ ਅਸੀਂ ਆਖਰ ਤੱਕ ਫਾਈਨਲ ਨਹੀਂ ਕਰ پا ਰਹੇ ਸੀ ਜੀ ਤਾਂ ਜਦੋਂ ਇਹ ਕੁੜੀ ਆਈ ਮੈਂ ਕਿਹਾ ਨਹੀਂ ਯਾਰ ਇਹ ਨਹੀਂ ਜੱਜਦੀ ਬਾਕੀ ਜੋ ਸਾਰੇ ਲੋਕ ਸੀ ਉੱਥੇ ਇਨਕਲੂਡਿੰਗ ਬੱਬੂ ਸਾਰੇ ਗੈਂਪਾ ਜੀ ਜੱਜਦੀ ਤਾਂ ਹੈ ਨਹੀਂ ਅਸੀਂ ਹੋਰਾਂ ਕੁੜੀਆਂ ਨਾਲ ਮੈਂ ਗੱਲ ਵੀ ਕੀਤੀ ਜਿਵੇਂ ਕਿ ਉਹ ਮਾਈ ਗੱਲ ਕੁੜੀ ਮੇਰੀ ਅਸਿਸਟੈਂਟ ਮਨਿੰਦਰ ਸੀਗੀ ਉੱਥੇ ਜਿਹਨੇ ਹਾਨੀ ਚ ਮੈਂ ਲੀਡ ਕੀਤਾਈ ਮੈਂ ਕਿਹਾ ਸ਼ਾਇਦ ਇਹ ਬੈਟਰ ਰਹਣੀ ਹੈ ਫਿਰ ਮੈਨੂੰ ਸੁਮਿਤ ਸਿੰਘ ਉਹਨਾਂ ਨੇ ਕਿਹਾ ਕਿ ਇੱਕ ਵਾਰੀ ਮੜਾ ਜਾ ਕਰਾ ਕੇ ਤਾਂ ਵੇਖ ਲਓ ਕੁਛ ਚੰਗਾ ਨਹੀਂ ਲੱਗਦਾ ਹੁਣ ਉਹਨੂੰ ਆਪਾਂ ਬੁਲਾਇਆ ਮੈਂ ਕਿਹਾ ਯੂ ਆਰ ਰਾਈਟ ਹੂੰ ਇਹ ਤਾਂ ਕਾਹ ਹੋ ਜੂਗਾ ਮੈਂ ਉਹਨੂੰ ਕੱਲ ਵੀ ਆ ਜਾ ਕਾਸਟਿਊਮ ਪਾ ਕੇ ਔਰ ਸਭ ਤੋਂ ਮੁਸ਼ਕਲ ਸੀਨ ਹੀ ਮੈਂ ਸੋਚ ਲਿਆ ਇਹੀ ਕਰਾਉਣੇ ਆ ਹੂੰ ਕਰਾਇਆ ਔਰ ਮੈਂ ਉਹਨੂੰ ਦੱਸੀ ਗਿਆ ਉਹ ਫੜੀ ਗਈ ਗੱਲਾਂ ਆ ਵਾ ਮੈਂ ਕਰ ਕਰਕੇ ਦੱਸ ਦਾਰਿਆ ਉਹਨੂੰ ਸ਼ਾਰਟ ਵੀ ਲੰਬਾ ਸੀ ਸੀਨ ਵੀ ਮੁਸ਼ਕਲ ਸੀ 16 ਤੋਂ 17 ਰਿਟੇਕ ਹੋਏ ਜੀ ਵਾਰ-ਵਾਰ ਨਹੀਂ ਸਹੀ ਪਹਿਲਾਂ ਸਲਾ ਅਡੋਈਆਂ ਰਿਟੇਕ ਆ ਲਗ ਹੋਏ ਹੂੰ ਔਰ ਪਰ ਮੈਨੂੰ ਲੱਗਿਆ ਉਹ ਕੁੜੀ ਗੇਨ ਕਰ ਰਹੀ ਆ ਹਰ ਸ਼ਾਟ ਜੀ ਔਰ ਫਾਈਨਲੀ ਠਾਰਮਾ ਸ਼ਾਟ ਜਦੋਂ ਓਕੇ ਹੋਇਆ ਤੇ ਅਗਲੇ ਸ਼ਾਟ ਜਿਵੇਂ ਹੀ ਐ ਲੈਣ ਲੱਗਦੇ ਗਏ ਤੁਸੀਂ ਬਲੀਵ ਕਰਿਓ ਜੇ ਮੈਨੂੰ ਉਹ ਸਮਿਤਸ਼ਾ ਘਟ ਤੇ ਬਲਵੀਰੋ ਲੱਗਣ ਲੱਗਿਆ ਕੀ ਬਾਤ ਹੈ ਔਰ ਅੱਜ ਜੋ ਉਸ ਕੁੜੀ ਨੇ ਆਪਦੀ ਉਮਰ ਤੋਂ ਵੀ ਹਟ ਕੇ ਹਮ ਆਪਦੀ ਲੈਂਗੁਏਜ ਤੋਂ ਵੀ ਜਦ ਕਿ ਉਹਦੀ ਕੁੜੀ ਦੀ ਆਵਾਜ਼ ਅਸੀਂ ਡੱਬ ਕਰਾਈ ਹੈ ਕਰਾਉਂਦੀ ਸੀ ਕਿਉਂਕਿ ਸਾਨੂੰ ਠੇਠ ਆਵਾਜ਼ ਚਾਹੀਦੀ ਸੀ ਬਟ ਕਿਆ ਬਾ ਕਮਾਲ ਕੰਮ ਕੀਤਾ ਜਿਹੜੀ ਗੱਲ ਤੁਸੀਂ ਪੁੱਛੀ ਸੀ ਉਹ ਬਿਨਾ ਕਿਹਾ ਬਹੁਤ ਕੁਝ ਕਹਿ ਰਹੀ ਹੈ ਜੀ ਇੱਕ ਸ਼ੋਰਟ ਤਾਂ ਮੈਂ ਉਹਨੂੰ ਕਿਹਾ ਵੀ ਮੈਂ ਕਿ ਸਮਿਖਸ਼ਾ ਆਈ ਐਮ ਸੌਰੀ ਮੈਂ ਤੈਨੂੰ ਹੁਣ ਇੱਕ ਸ਼ਬਦ ਯੂਜ਼ ਕਰੂੰਗਾ ਜਿਹੜਾ ਮੈਂ ਕਰਦਾ ਨਹੀਂ ਹੁੰਦਾ ਆਮ ਤੌਰ ਤੇ ਤੂੰ ਨਾ ਓਵੇਂ ਪਰਫਾਰਮ ਕਰੀ ਜਦੋਂ ਤੂੰ ਨਰੈਣੇ ਵਾਲ ਝੱਕਣਾ ਕੁਕਰ ਦੇ ਸ਼ਹਿਦ ਦੇ ਵਿੱਚ ਹੂੰ ਤਾਂ ਮੈਨੂੰ ਆਂਦੀ ਕੋਈ ਗੱਲ ਨਹੀਂ ਸਰ No problem ਕਹੋ ਮੈਂ ਕਿ ਜਸ ਬਿਹੇਵ ਲਾਈਕ ਕੇ ਬਿਚ ਹੂੰ ਇੱਕ ਸ਼ਬਦ ਚ ਮੈਂ ਕਿਹਾ ਮੈਂ ਤੈਨੂੰ ਕਹਿ ਰਿਹਾ ਆਡੋ ਕੁੜੀ ਜੋ ਚੱਕੀ ਉਸ ਤੋਂ ਬਾਅਦ ਨ ਰਹਿਨੇ ਆਲ ਐ ਚੱਕੇ ਟੇਢੀ ਜੀ ਅੱਖ ਕਰਕੇ ਔਰ ਪੱਲਾ ਉਤੋਂ ਦੀ ਮਾਰਿਆ ਉਹ ਮੈਨੂੰ ਮਿਲਦਾ ਫਿਰ ਆ ਟ੍ਰੇਲਰ ਚ ਵੀ ਸ਼ਾਟ ਹੈਗਾ ਉਹ ਗੱਲ ਹੀ ਅੱਡ ਹੈ ਬਿਨਾ ਕਿਹਾ ਉਹਨੇ ਇੰਨਾ ਕੁਝ ਕਹਤਾ ਕਿ ਤੇਰੀ ਕੀ ਹਿੰਮਤ ਆ ਤੂੰ ਮੈਨੂੰ ਰੋਕਵੇਂਗੀ ਜਾਂ ਜਿਵੇਂ ਆਪਣੇ ਉਹ ਮਸ਼ਹੂਰ ਗਾਣਾ ਤੂੰ ਨਹੀਂ ਬੋਲਦੀ ਕੀ ਰਕਾਨੇ ਤੇਰੇ ਚ ਤੇਰਾ ਯਾਰ ਬੋਲਦਾ ਵਾਲੀ ਗੱਲ ਆ ਗਈ ਜੀ ਹੁਣ ਜਦੋਂ ਤੁਸੀਂ ਇੱਕ ਦੋ ਸ਼ਾਟਾਂ ਚ ਇਹ ਗੱਲਾਂ ਕਰ ਜੋ ਤਾਂ ਤੁਹਾਨੂੰ ਉ ਟਪਟਾਂਗ ਇਹੋ ਜਿਹਾ ਕੁਝ ਵਖਾਉਣ ਦੀ ਲੋੜ ਨਹੀਂ ਜਿਹਦੇ ਨਾਲ ਦੋ ਫੈਮਿਲੀਜ਼ ਆ ਕੇ ਇਕੱਠੀਆਂ ਬੈਠੀਆਂ ਹਣ ਤੇ ਅੰਬੈਰਸ ਫੀਲ ਕਰ ਜੀ ਜੀ ਉਹ ਕੁੜੀ ਨੇ ਕਿਆ ਕਮਾਲ ਪਰਫਾਰਮ ਕੀਤਾ ਉਸ ਤੋਂ ਬਾਅਦ इवन ਉਹ ਦੂਜੀ ਕੁੜੀ ਸੀ ਜਿਹੜੀ ਉਹ ਵਿਚਾਰੀ ਵੀ ਪੰਜ ਛੇ ਕੁੜੀਆਂ ਦੇ ਅਸੀਂ ਟੈਸਟ ਮੰਗਾਏ ਸੀ ਹੋਰ ਮੰਗਾਇਆ ਸੀ ਕਿਵੇਂ ਲੱਗਦੀਆਂ ਮੈਂ ਆਪਦੇ ਅਸਿਸਟੈਂਟ ਨੂੰ ਮੁੰਡੇ ਨੂੰ ਕਿਹਾ ਨੀਤ ਨੂੰ ਮੈਂ ਕਿਹਾ ਬਲਾਲਾ ਯਾਰ ਇਹਨੂੰ ਉਹ ਕੁੜੀ ਨੂੰ ਗਿੱਧੇ ਗੁੱਧੇ ਵੱਲ ਭੇਜਿਆ ਕੁਛ ਉਹਦੇ ਬਾਲਾ ਪੱਲੇ ਨਹੀਂ ਪੈ ਰਹੀ ਸੀ ਗੱਲ ਕਾਸਟਿਊਮ ਪਾ ਕੇ ਜਦੋਂ ਸਾਹਮਣੇ ਆਈ ਮੈਂ ਕਿਹਾ ਯਾਰ ਇਹ ਬਣ ਸਕਦੀ ਹੈ ਹੂੰ ਔਰ ਤੁਸੀਂ ਬਲੀਵ ਕਰ ਰਹੇ ਹੋ ਜੇ ਉਸ ਤੋਂ ਬਾਅਦ ਆ ਕੁੜੀ ਦੇ ਸ਼ੋਅ ਅੱਜ ਕੱਲ ਨੂੰ ਇੱਕ ਗਾਣਾ ਰਿਲੀਜ਼ ਹੋਣਾ ਸਾਡਾ ਉਹ ਚੋਦੇ ਸ਼ਾਰਟ ਵੇਖਿਓ ਜੇ ਕਿੱ ਆ ਲੱਗੀ ਆ ਜੀ ਬਟ ਇਹਦੇ ਸਾਡੇ ਸਿਨੇਮੈਟੋਗ੍ਰਾਫਰ ਦਾ ਵੀ ਕਮਾਲ ਕੰਮ ਹੈ ਇੰਦਰਜੀਤ ਬਾਂਸਲ ਜੀ ਕਿਆ ਲਾਈਟਿੰਗ ਹੋਈ ਹੈ 노 ਡਾਊਟ ਮੈਂ ਪੈਟਰਨ ਡਿਸਕਸ ਕਰਦਾ ਸੀ ਉਹਨਾਂ ਨਾਲ ਲੈਂਸ ਕੌਨ ਦਾ ਚਾਹੀਦਾ ਉਹ ਵੀ ਐਕਸਪੋਜ਼ਰ ਕਿ ਹੋਗਾ ਇਹ ਉਹਨਾਂ ਦਾ ਕੰਮ ਸੀ ਲਾਈਟਸ ਦਾ ਪੈਟਰਨ ਕੀ ਚਾਹੀਦਾ ਦੱਸਦਾ ਪਰ ਉਹਨਾਂ ਨੇ ਕਿਆ ਬਾਤ ਹੈ ਕਿਆ ਚਿਹਰੇ ਵਖਾਏ ਨੇ ਸਮ ਆਰਡਨਰੀ ਚਿਹਰੇ ਉਹਨਾਂ ਨੇ ਮਤਲਬ ਇਹੋ ਜੇ ਬਿਊਟੀਫੁੱਲ ਕਰਕੇ ਦਿਖਾਈ ਨਹੀਂ ਕਮਾਲ ਹੈ ਔਰ ਇਹੀ ਫਿਲਮ ਦੀ ਖਾਸੀਅਤ ਹੁੰਦੀ ਹੈ ਅਮਿਤੋਜ ਪਾਜੀ ਅਸੀਂ ਉਮੀਦ ਕਰਦੇ ਹਾਂ ਕਿਉਂਕਿ ਵੈਸੇ ਤਾਂ ਹਰ ਮਾਂ ਨੂੰ ਆਪਣਾ ਬੱਚਾ ਦੁਨੀਆ ਦਾ ਸਭ ਤੋਂ ਖੂਬਸੂਰਤ ਰਾਜਕੁਮਾਰ ਲੱਗਦਾ ਹੁੰਦਾ ਕਿ ਆਪ ਦੀ ਧੀ ਦੁਨੀਆ ਦੀ ਸਭ ਤੋਂ ਖੂਬਸੂਰਤ ਕੁੜੀ ਲੱਗਦੀ ਹੁੰਦੀ ਹੈ ਪਰ ਕਿਉਂਕਿ ਤੁਸੀਂ ਬਹੁਤ ਹੀ ਵਾਰ ਇਮਾਨਦਾਰੀ ਨਾਲ ਗੱਲ ਕਰਦੇ ਹੁੰਦੇ ਹੋ ਅਸੀਂ ਉਮੀਦ ਕਰਦੇ ਹਾਂ ਕਿ ਜਿੰਨੀਆਂ ਗੱਲਾਂ ਤੁਸੀਂ ਅੱਜ ਕਹੀਆਂ ਨੇ ਉਹ ਉਹਨਾਂ ਦੇ ਵਿੱਚੋਂ ਇਮਾਨਦਾਰੀ ਜਿਹੜੀ ਹੈ ਸਾਨੂੰ ਥੀਏਟਰ ਦੇ ਵਿੱਚੋਂ ਉਹ ਨਜ਼ਰ ਆਵੇ ਕਿਉਂਕਿ ਅਸੀਂ ਪੁਰਾਣਾ ਪੰਜਾਬ ਵੀ ਵੇਖਣਾ ਹੈ ਅਸੀਂ ਆਪਣਾ ਇੱਕ ਇਤਿਹਾਸਿਕ ਕਰੈਕਟਰ ਜਿਹੜਾ ਹੈ ਉਹਨੂੰ ਵੀ ਵੇਖਣਾ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਤੇ ਪੰਜਾਬੀ ਸਿਨੇਮੇ ਨੂੰ ਇੱਕ ਹੋਰ ਜੇ ਛਾਲ ਮਾਰਦਿਆਂ ਨਹੀਂ ਤਾਂ ਇੱਕ ਕਦਮ ਪੁੱਟਦਿਆਂ ਜਿਹੜਾ ਉਹ ਜ਼ਰੂਰ ਵੇਖਣਾ ਚਾਹੁੰਦੇ ਆ ਤੇ ਮੈਂ ਇੱਕ ਬੇਨਤੀ ਤੁਹਾਡੇ ਤੱਕ ਹੋਰ ऑन रिकॉर्डੀ ਤੁਹਾਡੇ ਤੱਕ ਲੈ ਕੇ ਆਉਣ ਲੱਗੇ ਆ ਕਿਉਂਕਿ ਤੁਸੀਂ ਤਾਂ ਬਹੁਤ ਕੁਝ ਸੋਚ ਸਮਝ ਕੇ ਕੰਮ ਕਰਨਾ ਹੁੰਦਾ ਕਿ ਸਾਡੇ ਕੋਲ ਇੱਕ ਪੀੜ੍ਹੀ ਹੈ ਹੁਣ ਵਿਦੇਸ਼ਾਂ ਦੇ ਵਿੱਚ ਜਿਹੜੀ ਪੀੜ੍ਹੀ ਪਤਾ ਨਹੀਂ ਪੱਕੀਆਂ ਹੋ ਸਕੇ ਨਾ ਹੋ ਸਕੇ ਕਿਉਂਕਿ ਤੁਸੀਂ ਕਾਫਲਾ ਵਰਗੀ ਫਿਲਮ ਬਣਾਈ ਸੀ ਇਹਦਾ ਥੋੜਾ ਬਹੁਤ ਕਨੈਕਸ਼ਨ ਕਿਤੇ ਨਾ ਕਿਤੇ ਜੁੜਦਾ ਹੈ ਬੱਚੇ 12ਵੀਂ ਜਮਾਤ ਕਰਕੇ ਵਿਦੇਸ਼ਾਂ ਦੇ ਵਿੱਚ ਆ ਗਿਆ ਹੈ ਮਾਨਸਿਕ ਤੌਰ ਦੇ ਉੱਤੇ ਪਰਪੱਕ ਨਹੀਂ ਕੰਮ ਕਰ ਔਖੇ ਹੋ ਗਿਆ ਆਰਥਿਕ ਤੌਰ ਦੇ ਉੱਤੇ ਮੰਦਹਾਲੀ ਹੈ ਤੇ ਜਿੱਦਾਂ ਕਾਲੇ ਪਾਣੀ ਦਾ ਮੋਰਚਾ ਤੁਸੀਂ ਬੁੱਢੇ ਨਾਲੇ ਵਾਲਾ ਲਾਇਆ ਹੋਇਆ ਨਾ ਮੈਨੂੰ ਲੱਗਦਾ ਕਿ ਰਾਂ ਮਿਲ ਕੇ ਇੱਕ ਚਾਹੇ ਥੀਏਟਰ ਦੇ ਰਾਹੀਂ ਫਿਲਮਾਂ ਦੇ ਰਾਹੀਂ ਚਾਹੇ ਕਿਸੇ ਹੋਰ ਤਰੀਕੇ ਇੱਕ ਮੋਰਚਾ ਸਾਨੂੰ ਇਹ ਵੀ ਲਾਉਣਾ ਪੈਣਾ ਲੱਖਾਂ ਪੰਜਾਬੀ ਬੱਚਿਆਂ ਨੂੰ ਮਾਨਸਿਕ ਤੌਰ ਦੇ ਉੱਤੇ ਮਜ਼ਬੂਤ ਕਰਨ ਦੇ ਲਈ ਕਮਜ਼ੋਰੀ ਤੋਂ ਦੂਰ ਕਰਨ ਦੇ ਲਈ ਮੈਂ ਸਿਰਫ ਜਾਂਦੇ ਜਾਂਦੇ ਤੁਹਾਡਾ ਧਿਆਨ ਦਵਾਇਆ ਬਾਕੀ ਤੁਸੀਂ ਬਹੁਤ ਸਿਆਣੇ ਹੋ ਨਹੀਂ ਇਹ ਕਰਾਂਗੇ ਇਹ ਜ਼ਰੂਰੀ ਹੈ ਬਾਟ ਸਾਬ ਮੈਂ ਸਭ ਤੋਂ ਵੱਡੀ ਗੱਲ ਆ ਰਹੀ ਹੈ ਲੜਾਈ ਲੜੀ ਜਾ ਸਕਦੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਚਾਹੇ ਪਾਣੀਆਂ ਦੀ ਲੜਾਈ ਹੋਵੇ ਜ਼ੁਬਾਨ ਦੀ ਲੜਾਈ ਹੋਵੇ ਹੱਦਬੰਦੀ ਦੀ ਲੜਾਈ ਹੋਵੇ ਬੜੀਆਂ ਲੜਾਈਆਂ ਨੇ ਪਰ ਲੜਾਂਗੇ ਤਾਂ ਤਾਂ ਨਾ ਜੇ ਸਾਡੇ ਆਪ ਦੇ ਬੰਦੇ ਹੋਣਗੇ ਇੱਥੇ ਹੂੰ ਜੇ ਸਾਡੀ ਡੈਮੋਗ੍ਰਾਫੀ ਚੇਂਜ ਹੋ ਗਈ ਜੀ ਸਾਡਾ ਪੰਜਾਬ ਉਹ ਰਹਿ ਹੀ ਨਹੀਂ ਪੰਜਾਬ ਕਿਸ ਤਾ ਬਾਅਦ ਚ ਆਉਂਦੇ ਨੇ ਪਹਿਲਾਂ ਤਾਂ ਬੰਦੇ ਐ ਜੀ ਪੱਗਾਂ ਤਾਂ ਦਿਸਣ ਉਹ ਚਿਹਰੇ ਤਾਂ ਦਿਸਣ ਜਿਹੜੇ ਇੱਥੋਂ ਦੇ ਹੈਗੇ ਆ ਹੁਣ ਤੁਸੀਂ ਕਿੰਨੇ ਪਿੰਡ ਵੇਖ ਲਓ ਮੈਂ ਇੱਕ ਪਿੱਛੇ ਜੇ ਨਹੀਂ ਮੈਂ ਸ਼ੇਅਰ ਨਹੀਂ ਕੀਤਾ ਮੇਰੇ ਕੋਲ ਆਇਆ ਸੀ ਸਾਰੇ ਪਿੰਡ ਨੂੰ ਜਿੰਦਰੇ ਲੱਗੇ ਹੋਏ ਸੀ ਜੀ ਕਿ ਅਸੀਂ ਇਹੋ ਜਿਹਾ ਕੂਤਨੁਮਾ ਪੰਜਾਬ ਬਣਾਉਣਾ ਚਾਹੁੰਨੇ ਹਮ ਔਰ ਸਾਡੇ ਬੱਚਿਆਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਤੁਹਾਨੂੰ ਇਹ ਪੰਜਾਬ ਸਹੀ ਨਹੀਂ ਲੱਗਦਾ ਜੋ ਵੀ ਇਹਦੇ ਚ ਗਲਤ ਆ ਉਹਨੂੰ ਬਦਲੋ ਯਾਰਾ ਕਿ ਥੋੜਾ ਹਮ ਕਿਸੇ ਹੋਰ ਦਾ ਥੋੜੀ ਹੈ ਔਰ ਮੈਂ ਤੁਹਾਨੂੰ ਇੱਕ ਗੱਲ ਆਣਾ ਜੋ ਤੁਹਾਨੂੰ ਖੁਸ਼ੀ ਇੱਥੇ ਆ ਕੇ ਮਿਲਨੀ ਹੈ ਨਾ ਉਹ ਦੁਨੀਆ ਦੇ ਕਿਸੇ ਹਿੱਸੇ 'ਚ ਨਹੀਂ ਮਿਲ ਸਕਦੀ ਇਹਦੇ ਤੇ ਵੀ ਵਿਚਾਰਾਂਗੇ ਇਹਦੇ ਤੇ ਫਿਲਮ ਵੀ ਬਣਾਵਾਂਗੇ ਬਟ ਮੇਰਾ ਤਾਂ ਇਹਦੇ ਨਾਂ 'ਚ ਇੱਕ ਜ਼ਹਿਨ ਵੀ ਆ ਗਿਆ ਸੀ ਜ਼ਹਿਨ 'ਚ ਵੀ ਨਾਂ ਆ ਗਿਆ ਸੀ ਕਿ ਦੂਜਾ ਤੀਜਾ ਪੰਜਾਬ ਕਿ ਪੰਜਾਬ ਕਿ ਹੋ ਜਾ ਬਣ ਗਿਆ ਹੂੰ ਹੂੰ ਕੀ ਇਹ ਪੰਜਾਬ ਅੱਗੇ ਜੋ ਵਸਟਦਰ ਵਸਟ ਹੋ ਰਿਹਾ ਹੈ ਇਹਦੇ ਬਾਰੇ ਅਪ ਤੁਰਾਂਗੇ ਨਹੀਂ ਸੋਚਾਂਗੇ ਨਹੀਂ ਜਾਂ ਅਸੀਂ ਹੱਥ ਮਲਦੇ ਰਹਿ ਜਾਾਂਗੇ ਜਿਵੇਂ ਸਾਡੇ ਬਹੁਤ ਸਾਰੇ ਸ਼ਹਿਰ ਬਦਲ ਗਏ ਨੇ ਐਂ ਪਿੰਡ ਵੀ ਬਦਲ ਜਾਣਗੇ ਬਿਲਕੁਲ ਠੀਕ ਆ ਪੰਜਾਬੀ ਫਿਲਮਾਂ ਅਸੀਂ ਬਣਾ ਲਾਂਗੇ ਜੇ ਸਾਡੇ ਮੁੰਡੇ ਹੀ ਨਾ ਰਹਿ ਜਿਹੜੇ ਵੇਖਣ ਇਹਨੂੰ ਹੂੰ ਕੀ ਤੁਹਾਡਾ ਚੈਨਲ ਜੋ ਪ੍ਰਾਈਮ ਏਸ਼ੀਆ ਪੰਜਾਬੀ ਚ ਬ੍ਰਾਡਕਾਸਟ ਹੁੰਦਾ ਹੈ ਕੀ ਤੁਸੀਂ ਇਹ ਪ੍ਰੋਗਰਾਮ ਕੌਣ ਵੇਖੂ ਜੇ ਕੋਈ ਹੈ ਹੀ ਨਹੀਂ ਤਾਂ ਇਹ ਜੀ ਜੀ ਚਲੋ ਤੁਸੀਂ ਤਾਂ ਫੇਰ ਵੀ ਮੈਂ ਵੀ ਅਸੀਂ ਬਾਹਰ ਫਿਲਮਾਂ ਲਾ ਲਾਂਗੇ ਉਹ ਪਟ ਅਤਰਤੀ ਜਿੱਦ ਤੇ ਸਾਡੇ ਗੁਰੂਆਂ ਨੇ ਸਾਡੇ ਬਜ਼ੁਰਗਾਂ ਨੇ ਖੂਨ ਪਸੀਨਾ ਡੋਲਿਆ ਇਹ ਕਿਦੇ ਆਸਰੇ ਛੱਡ ਜਾਗੇ ਬਿਲਕੁਲ ਠੀਕ ਬਿਲਕੁਲ ਠੀਕ ਹੈ ਜੀ ਹਮ ਤੋਜਪਾ ਜੀ ਜ਼ਰੂਰੀ ਹੈ ਕਿ ਮੁੜੀਏ ਇਧਰੋਂ ਆਪਾਂ ਮੁੜੀਏ ਇਧਰੋਂ ਆਪਾਂ ਬਿਲਕੁਲ ਠੀਕ ਹੈ ਹਮ ਤੋਜਪਾ ਜੀ ਅਸੀਂ ਮੈਂ ਜਦੋਂ ਫਿਲਮ ਲੱਗੀ ਕੋਸ਼ਿਸ਼ ਹੈ ਪਹਿਲਾ ਸ਼ੋਅ ਦੇਖਣ ਜਾਵਾਂਗੇ ਤੇ ਪੇਟੀ ਦੇ ਵਿੱਚਲਾ ਸਭ ਤੋਂ ਹੇਠਲਾ ਅਮਰੂਦ ਮੈਂ ਲੱਭਣ ਜਾਣਾ ਤੇ ਉਮੀਦ ਕਰਦੇ ਆ ਕਿ ਉਹਦਾ ਸਾਈਜ਼ ਠੀਕ ਹੋਏਗਾ ਆ ਤੁਹਾਡੀ ਗੱਲ ਤੋਂ ਵੀ ਮੈਨੂੰ ਲੱਗਿਆ ਜਿਹੜਾ ਪਹਿਲਾਂ ਗਏ ਤੁਸੀਂ ਜ਼ਿਆਦਾਤਰ ਤੁਸੀਂ ਸੱਚ ਬੋਲਦੇ ਹੋ ਮੈਂ ਰੋਕਣ ਲੱਗਿਆ ਮੈਂ ਕਿ ਵਟਸਐਪ ਜਿਹੜਾ ਥੋੜਾ ਜਿਹਾ ਗਲਤ ਹੈ ਕਦੋਂ ਬੋਲਿਆ ਸੀਗਾ ਕਿਉਂਕਿ 100 ਨੰਬਰ ਸਾਨੂੰ ਕਦੇ ਕਿਸੇ ਟੀਚਰ ਨੇ ਦਿੱਤੇ ਨਹੀਂ ਚਾਹੇ ਮੈਂ ਆਦਾ ਸਵਾਲ ਵੀ ਠੀਕ ਹੋਵੇ ਨਹੀਂ ਹੁੰਦੇ ਵੀ ਨਹੀਂ 100 ਨੰਬਰ ਬੰਦੇ ਦੀ ਜ਼ਾਤ ਉਹ ਦੇਖੋ ਪੂਰਨ ਮੁਕੰਮਲ ਜਾਂ ਮੁਕੰਮਲ ਦੇ ਨੇੜੇ ਵੀ ਉਹ ਤਾਂ ਸਿਰਫ ਉਹੀ ਹੈ ਬਾਕੀ ਨਾ ਆਪਾਂ ਝੂਠੇ ਹੀ ਆ ਕਿਤੇ ਨਾ ਕਿਤੇ ਜਾ ਕੇ ਝੂਠ ਬੋਲਦੇ ਹੀ ਬੋਲਦੇ ਹਮਤੋਜ ਪਾਜੀ ਤੁਸੀਂ ਜੁੜੇ ਤੁਹਾਡਾ ਬਹੁਤ ਧੰਨਵਾਦ ਭਵਿੱਖ ਦੇ ਵਿੱਚ ਵੀ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ ਫਿਲਮਾਂ ਦੇ ਲਈ ਵੀ ਤੇ ਫਿਲਮਾਂ ਤੋਂ ਹਟ ਕੇ ਵੀ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਦੱਸੀ ਗੱਲ ਥੈਂਕ ਯੂ ਹਮਤੋਜ ਮਾਨ ਸਾਹਿਬ ਦੇ ਨਾਲ ਗੱਲਬਾਤ ਹੋ ਰਹੀ ਸੀ ਸੁੱਚਾ ਸੂਰਮਾ ਫਿਲਮ ਆ ਰਹੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿਉਂਕਿ ਫਿਲਮਾਂ ਨੇ ਸਾਡਾ ਬਹੁਤ ਕੁਝ ਸਵਾਰਨਾ ਚੰਗੀਆਂ ਫਿਲਮਾਂ ਬਣਨ ਤੇ ਜੇ ਫਿਲਮਾਂ ਚੰਗੀਆਂ ਹੋਣ ਤੇ ਉਹਨਾਂ ਨੂੰ ਸਪੋਰਟ ਕਰਨਾ ਵੀ ਤੁਹਾਡੇ ਲਈ ਜ਼ਰੂਰੀ ਹੈ ਮੈਂ ਕੇ ਵੀ ਬੇਨਤੀ ਕਰਦੇ ਆ ਅਮਤੋਜ ਭਾਜੀ ਨੇ ਬੇਨਤੀ ਨਹੀਂ ਕੀਤੀ ਮੈਂ ਕਰ ਦਿੰਨਾ ਕਿ ਭਾਈ ਜੇ ਚੰਗੀ ਫਿਲਮ ਬਣੀ ਆ ਤੇ ਉਹਨੂੰ ਮੁਫਤ ਵਾਲੇ ਡੱਬਿਆਂ ਦੇ ਉੱਤੇ ਨਾ ਦੇਖਿਓ ਉਹ ਪਾਇਰੇਸੀ ਵਾਲੇ ਮਸਲੇ ਦੇ ਉੱਤੇ ਨਾ ਜਾਇਓ ਤੇ ਥੀਏਟਰ ਦੇ ਵਿੱਚ ਜਾ ਕੇ ਦੇਖਿਓ ਜੇ ਕੋਈ ਚੰਗੀ ਚੀਜ਼ ਬਣੇ ਤਾਂ ਉਹਦੀ ਪਿੱਠ ਥਾਪੜਣੀ ਜਿਹੜੀ ਹੈ ਉਹ ਬਣਦੀ ਹੈ ਸੋ ਹੁਣ ਫਿਲਮ ਰਿਲੀਜ਼ ਹੋਣ ਤੋਂ ਬਾਅਦ ਆਪਾਂ ਫੇਰ ਦੁਬਾਰਾ ਗੱਲਬਾਤ ਅਮਤੋਜ ਭਾਜੀ ਹੁਰਾਂ ਨੂੰ ਹਾਕ ਮਾਰਾਂਗੇ ਇਸੇ ਕੁਰਸੀ ਦੇ ਉੱਤੇ ਬਿਠਾਵਾਂਗੇ ਦੁਬਾਰਾ ਗੱਲਬਾਤਾਂ ਹੋਣਗੀਆਂ ਸੋ ਮੈਨੂੰ ਪਰਮੇਸ਼ ਸਿੰਘ ਵਾਟ ਨੂੰ ਇੱਥੇ ਦਿਓ ਆ ਗਿਆ ਦੇਖਦੇ ਰਹਿਣਾ ਪ੍ਰ